ਇੰਡੀਆ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਤੇ ਕੈਨੇਡਾ ਵਾਲਿਆਂ ਨੂੰ ਮੇਰਾ ਪਾਸਪੋਰਟ ਨੰਬਰ ਮੈਂ ਥੱਲੇ ਡਿਸਕ੍ਰਿਪਸ਼ਨ 'ਚ ਦੇ ਦਾਂਗਾ ਮੇਰੇ ਜਿਹੜੇ ਕਲਾਸਮੇਟ ਸੀ ਉਹ ਸਕੂਲ ਬੰਕ ਕਰਦੇ ਸੀ ਨਾ ਜਿਹੜੇ ਨਾਲ ਵਾਲੇ ਮੈਨੂੰ ਇਗਨੋਰ ਕਰਦੇ ਸੀ ਬਾਊ ਦੀ ਮੁਰਗੇ ਬਣੇ ਹੋਏ ਡੈਡੀ ਆਏ ਆ ਮੈਂ ਹਿਸਾਬ ਲਾ ਲਉ ਥੱਲੋਂ ਦੇਖ ਰਿਹਾ ਕਿ ਡੈਡੀ ਮੇਰੇ ਪੁੱਠੇ ਹੋ ਕੇ ਤੁਰੇ ਆ ਰਹੇ ਨੇ ਤੁਸੀਂ ਪੈਸਾ ਕਮਾਉਂਦੇ ਹੋ ਤੁਸੀਂ ਆਪਣੀ ਮਜਬੂਰੀ ਨਹੀਂ ਵੇਚ ਸਕਦੇ ਇਹ ਮੈਨੂੰ ਹੁਣ ਰਿਅਲਾਈਜ਼ ਹੁੰਦਾ ਕਿ ਛੋਟ ਕਲਾਸ ਨਾਲ ਲਈ ਤੁਹਾਨੂੰ ਹਸਾਣਾ ਪੈਣਾ ਤੁਸੀਂ ਕਹਿ ਨਹੀਂ ਸਕਦੇ ਕਿ ਯਾਰ ਮੈਂ ਬੜਾ ਹੀ ਗਰੀਬ ਬੰਦਾ ਪਲੀਜ਼ ਹਾਸਲ ਹੋ ਯਾਰ ਕਾਫੀ ਕੰਮ ਕੀਤਾ ਮੈਂ ਕूरियर ਸਰਵਿਸ ਕੰਮ ਕੀਤਾ ਅਚਾਰ ਦਾ ਕੰਮ ਕੀਤਾ ਪਤਾ ਨਹੀਂ ਮੈਂ ਇੰਗਲਿਸ਼ ਦਾ ਹੀ ਕਿਵੇਂ ਬੋਲ ਉਹ ਥਾਟ ਸੁਣਿਆ ਸੀ ਡੋਟ ਹੈਵ ਗੁੱਡ ਪਲਾਨ ਹਾਂ ਤਾਂ ਤੋ ਵਧੀਆ ਪਲਾਨ ਨਹੀਂ ਬਣਾਏ ਹੋਏ ਹਾਂ ਤੁਹਾਡੀ ਹੋਲਡਿੰਗ ਵੀ ਤੁਸੀਂ ਗੱਲ ਕੀਤੀ ਆਪਾਂ ਵੱਡੇ ਵੱਡੇ ਹੋਲਡਿੰਗ ਲਾਵਾਂਗੇ ਮੈਂ ਕਿਹਾ ਦੇਖੋ ਮੈਂ ਬਿਨਾ ਪੈਸੇ ਤੋਂ ਕੰਮ ਤੇ ਕਰਦਾ ਨਹੀਂ ਹਾਂ ਜੀ ਸੋਚ ਰਿਹਾ ਕਿ ਮੈਂ ਤੈਨੂੰ ਫੋਰਚੂਨਰ ਦੇਣੀ ਹੈ ਤੂੰ ਕਹ ਅੱਗੇ ਅਰਦਾਸ ਕਰ ਰਹੇ ਆ ਬਾਬਾ ਜੀ ਆਲਟੋ ਲੈ ਦੋ ਮੈਨੂੰ ਸਲਾਹ ਕੁਸੀਂ ਬਾਹਰ ਚਲੇ ਜਾਓ ਸਾਰੀ ਦੁਨੀਆ ਸਲਾਹ ਦੇ ਰਹੀ ਹੈ ਬਟ ਸਲਾਹ ਇੰਪਲੀਮੈਂਟ ਕਰਦੇ ਪੈਸੇ ਜਿਦਾ ਕੋਈ ਸਿੰਗਲ ਬੰਦਾ ਹੈ ਅਮਿਤ ਟੰਡਨ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਆਏ ਇਸੇ ਕਰਕੇ ਉਹ ਇੱਥੇ ਵੀ ਨਹੀਂ ਦਿਲਚਸਪ ਹਣ ਜਿਹੜੇ ਲੋਕਾਂ ਲਈ ਆਰਟ ਇੱਕ ਹੌਬੀ ਹੈ ਨਾ ਉਹ ਪਲੀਜ਼ ਲੋਕਾਂ ਦਾ ਰੇਟ ਨਾ ਖਰਾਬ ਕਰੋ ਸਾਰੀ ਗੱਲ ਹੋ ਗਈ ਹੈ ਉਹਨੇ ਮੈਨੂੰ ਟਾਈਮ ਹੀ ਦੱਸਤਾ 8 ਵਜੇ ਸ਼ੋਅ ਆ ਤੁਸੀਂ 8 ਵਜੇ ਪਹੁੰਚ ਜਾਓ ਮੈਂ ਕਿਹਾ ਜੀ ਪੈਸੇ ਉਹ ਕਹਿੰਦੇ ਪੈਸੇ ਤੇ ਨਹੀਂ ਆਪਾਂ ਦੇ ਸਕਦੇ ਕਿਉਂਕਿ ਅਗਰ ਸਿਲਵਰ ਬਟਨ ਤੁਹਾਨੂੰ ਮਿਲਿਆ ਹੈ ਨਾ ਹਾਂ ਤੇ ਤੁਹਾਡੀ ਗੰਦ ਤਸੀਲ ਨਹੀਂ ਹੋਣੀ ਚਾਹੀਦੀ ਹੈ ਹੈਲੋ 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 ਭਾਜੀ ਹੈਲੋ ਭਾਜੀ ਪਲੀਜ਼ ਰਿਪਲਾਈ ਸਰ ਬਿਗ ਫੈਨ ਇਹ ਉਹ ਕਰਦੇ ਕਰਦੇ ਨਾ ਉਹ ਥੱਲੇ ਗਾਲਾਂ ਕਢ ਲਾ ਪੈਂਦੇ ਯਾਰ ਦ ਟੀਵੀ ਐਨਆਰਏ ਦੇਖ ਰਿਹਾ ਹੈ ਸਾਰੇ ਦਰਸ਼ਕਾ ਦਾ ਮੇਰੇ ਵੱਲੋਂ ਪਿਆਰ ਭਰੀ ਸੱਚੀ ਕਾਲ ਤੇ ਨਿੱਗੀ ਜੀ ਆਇਆਂ ਕਹਿੰਦੇ ਨੇ ਕਿਸੇ ਨੂੰ ਰੁਲਾਉਣਾ ਸਭ ਤੋਂ ਸੌਖਾ ਤੇ ਕਿਸੇ ਨੂੰ ਹਸਾਣਾ ਸਭ ਤੋਂ ਔਖਾ ਕੰਮ ਹੈ ਪੰਜਾਬ ਦਾ ਇਹ ਮੁੰਡਾ ਮਿਡਲ ਕਲਾਸ ਫੈਮਲੀ ਤੋਂ ਨਿਕਲ ਕੇ ਆਪਣੇ ਸਟਰਗਲਸ ਦੀਆਂ ਕਹਾਣੀਆਂ ਰਾਹੀਂ ਹਾਸੇ ਪਾ ਕੇ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਂਦਾ ਸਵਾਗਤ ਕਰਦੇ ਆ ਜੀ ਸਾਡੇ ਪਹਿਲੇ ਗੈਸਟ ਮਨਪ੍ਰੀਤ ਸਿੰਘ ਆਕਾ ਦ ਕਾਮਿਕ ਸਿੰਘ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਫॉर ਕਮਿੰਗ ਤੁਸੀਂ ਇੱਕ ਚੀਜ਼ ਦੱਸਿ ਨੀ ਕਿ ਅੱਜ ਤੁਸੀਂ ਕਹਾਂਗੇ ਰਵਾਉਣਾ ਲੋਕਾਂ ਨੂੰ ਸਭ ਤੋਂ ਆਸਾਨ ਹੈ ਹਸੋਣਾ ਲੋਕਾਂ ਨੂੰ ਸਭ ਤੋਂ ਮੁੱਖ ਹੈ ਪਤਲੇ ਹੋਣਾ ਜਿਹੜਾ ਉਹ ਬਹੁਤ ਔਖਾ ਹੈ ਇਹਦੀ ਗੱਲ ਆਪਾਂ ਬਾਅਦ ਚ ਕਰਾਂਗੇ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਮੈਨੂੰ ਸੱਦਿਆ ਇੱਥੇ ਤੇ ਐਸ ਮਤਲਬ ਜਿੰਨੇ ਲੋਗ ਐਸ ਟਾਈਮ ਦੇਖ ਰਹੇ ਇਹ ਸਾਰੇ ਕੈਨੇਡਾ ਚ ਬੈਠੇ ਨੇ ਨਹੀਂ ਨਹੀਂ ਆਪਣੇ ਇੰਡੀਆ ਦੇ ਵੀ ਨੇ ਕੈਨੇਡੀਅਨ ਚੈਨਲ ਆ ਇੰਡੀਆ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਸ਼ਾਸ਼ਟਿਕਾ ਲਾ ਤੇ ਕੈਨੇਡਾ ਵਾਲਿਆਂ ਨੂੰ ਮੇਰਾ ਪਾਸਪੋਰਟ ਨੰਬਰ ਮੈਂ ਇੱਥੇ ਡਿਸਕ੍ਰਿਪਸ਼ਨ ਚ ਦੇ ਦਾਂਗਾ ਤੁਸੀਂ ਜਦੋਂ ਮਰਜੀ ਮੈਨੂੰ ਬੁਲਾਓ ਮੈਂ ਕਹਿੰਦਾ ਮੈਂ ਤੁਰ ਕੇ ਆ ਜਾਾਂਗਾ ਭੱਜ ਕੇ ਆ ਜਾਾਂਗਾ ਮੇਰੇ ਕੋਲ ਸਪਲੈਂਡਰ ਮੋਟਰਸਾਈਕਲ ਆ ਮੋਰ ਤੇ ਆ ਜਾਾਂਗਾ ਬਸ ਬੁਲਾ ਲਓ ਤੇ ਆ ਔਰ ਅ ਸੀਰੀਅਸ ਨੋਟ ਸੀਰੀਅਸ ਨੋਟ ਵੱਡੀ ਫੈਨਾ ਜੀ ਤੁਹਾਡੀ ਸਾਰੀ ਵੀਡੀਓਜ਼ ਦੇਖੀ ਆ ਥੈਂਕ ਯੂ ਸੋ ਮੱਚ ਫਰ ਕਮਿੰਗ ਆ ਰਿ ਹੈ ਥੈਂਕ ਫੈਨ ਹੁੰਨ ਮੇਰੇ ਹਿਸਾਬ ਨਾਲ ਕੁਝ ਨਹੀਂ ਹੁੰਦੇ ਸਪੋਰਟਰ ਹੀ ਹੁੰਦੇ ਨੇ ਇਹ ਕਹਿ ਰਹੇ ਨੇ ਵੱਡੇ ਸਪੋਰਟਰ ਨੇ ਤੇ ਮੰਨ ਲਿਆ ਵੱਡੇ ਸਪੋਰਟਰ ਵੱਡੇ ਸਪੋਰਟਰ ਚਲੋ ਸ਼ੁਰੂਆਤ ਕਰਦੇ ਹਾਂ ਤੁਹਾਡੇ ਬਚਪਨ ਤੋਂ ਬਚਪਨ ਕਿਦਾਂ ਦਾ ਕਿਸ ਮਾਹੌਲ ਤੋਂ ਬਚਪਨ ਵਧੀਆ ਜਿਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਬਚਪਨ ਦੇ ਵਿੱਚ ਥੱਪੜ ਛਿੱਤਰ ਲਾਂ ਤਾਂ ਉਸ ਤਰ੍ਹਾਂ ਦਾ ਹੀ ਰਿਹਾ ਮਤਲਬ ਸਕੂਲ 'ਚੋਂ ਵੀ ਲਾਂ ਤਾਂ ਘਰੇ ਵੀ ਕਿ ਜਿਸ ਦਾ ਮਨ ਨੋਰਮਲ ਹੁੰਦਾ ਅੱਜ ਕੱਲ ਬੱਚਿਆਂ ਦਾ ਨੋਰਮਲ ਬਚਪਨ ਉਸ ਤਰ੍ਹਾਂ ਦਾ ਹੈ ਨਹੀਂ ਹੈ ਕਿ ਬੇਟਾ ਬੇਟਾ ਕਰਕੇ ਉਹਨਾਂ ਨਾਲ ਗੱਲ ਕੀਤੀ ਜਾਂਦੀ ਆਪਣਾ ਨਹੀਂ ਉਸ ਤਰ੍ਹਾਂ ਦਾ ਸੀ ਚਾਰਟ ਹੀ ਹੁੰਦੇ ਸੀ ਸਦੇ ਮੈਨੂੰ ਬਚਪਨ ਦੀ ਗੱਲ ਯਾਦ ਆ ਯਾਰ ਕਿ ਮੇਰੇ ਪਾਪਾ ਸਕੂਲ ਆਏ ਲੋ ਤੁਹਾਡੇ ਨਾ ਅੱਜ ਕੱਲ ਮੀਟਿੰਗਸ ਹੁੰਦੀਆਂ ਨੇ ਉਹ ਪ੍ਰੋਪਰ ਪੇਰੈਂਟਸ ਨੂੰ ਬੁਲਾਇਆ ਜਾਂਦਾ ਹੈ ਇਨਫੈਕਟ ਸਕੂਲ ਦਾ ਟੂਰ ਕਰਾਇਆ ਜਾਂਦਾ ਜਦੋਂ ਤੁਸੀਂ ਸਕੂਲ ਬੱਚਾ ਐਡਮਿਸ਼ਨ ਕਰਾਉਣੀ ਨਾ ਪਹਿਲੇ ਦਿਖਾਇਆ ਜਾਂਦਾ ਵੀ ਸਾਡੇ ਸਕੂਲ ਚ ਦੇਖੋ ਜੀ ਐ ਏਸੀ ਕਲਾਸਰੂਮ ਨੇ ਤੇ ਉਹ ਸਮਾਰਟ ਕਲਾਸਿਸ ਨੇ ਤੇ ਇੱਕ ਵਾਰੀ ਮੇਰੇ ਪਾਪਾ ਸਕੂਲ ਆਏ ਤੇ ਤੁਸੀਂ ਸੱਚ ਮੰਨੇ ਹੋ ਕਿ ਉਸ ਦਿਨ ਸਰਦੀਆਂ ਦੇ ਦਿਨ ਸਾਡੀ ਕਲਾਸ ਬਾਹਰ ਸ਼ਿਫਟ ਕੀਤੀ ਹੋਈ ਜਿੱਦਾਂ ਕਰ ਦਿੰਦੇ ਨੇ ਸਰਕਾਰੀ ਸਕੂਲ ਵਾਲੇ ਤੇ ਬਾਉ ਦੀ ਮੁਰਗੇ ਬਣੇ ਹੋਏ ਡੈਡੀ ਆਏ ਮੈਂ ਹਿਸਾਬ ਲਾ ਲਉ ਥੱਲੋਂ ਦੇਖ ਰਿਹਾ ਕਿ ਡੈਡੀ ਮੇਰੇ ਪੁੱਠੇ ਹੋ ਕੇ ਤੁਰੇ ਆ ਰਹੇ ਨੇ ਦੇਖਿਆ ਦੇਖਿਆ ਲੱਗ ਰਿਹਾ ਬੰਦਾ ਦੇਖਿਆ ਦੇਖਿਆ ਲੱਗ ਰਿਹਾ ਬਟ ਹੁਣ ਤੁਸੀਂ ਕਰ ਵੀ ਨਹੀਂ ਸਕਦੇ ਕੁਝ ਤੇ ਟੀਚਰ ਵੀ ਨਾ ਸਾਡਾ ਨਹੀਂ ਕੁਝ ਕਹਿ ਰਿਹਾ ਸੀ ਇਸ ਤਰ੍ਹਾਂ ਦਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਕਿੰਨੇ ਜੰਮਿਆ ਤੈਨੂੰ ਡੈਡੀ ਕਹਿੰਦੇ ਮੈਂ ਹੀ ਹਾਂ ਦੱਸ ਬਟ ਹਰ ਪਰਸਨ ਹੁੰਦਾ ਹੀ ਨਾ ਕਿ ਜਦੋਂ ਕਿ ਚਿੱਤਰ ਮਾਰੋ ਇਹਨੂੰ ਜਿੱਦਾਂ ਮਤਲਬ ਤੁਹਾਡਾ ਹੀ ਬੱਚਾ ਸਮਝੋ ਇਹਨੂੰ ਤੇ ਬਚਪਨ ਬਸ ਇਸ ਤਰ੍ਹਾਂ ਦਾ ਸੀਗਾ ਜਿਸ ਤਰ੍ਹਾਂ ਪਿੰਡ ਦਾ ਬਚਪਨ ਤੁਸੀਂ ਲਾ ਲਓ ਜਿਸ ਤਰ੍ਹਾਂ ਤੁਸੀਂ ਸਰਕਾਰੀ ਸਕੂਲ ਵਾਲੇ ਬੱਚਿਆਂ ਦਾ ਹੁੰਦਾ ਉਸ ਤਰ੍ਹਾਂ ਦਾ ਸੀਗਾ ਤੇ ਬਸ ਜਨਰਲੀ ਸਾਡਾ ਪਰਸਪੈਕਸ਼ਨ ਹੁੰਦਾ ਹਨਾ ਵੀ ਅਸੀਂ ਇਹ ਸੋਚਦੇ ਆਂ ਵੀ ਕਿਸੇ ਦਾ ਕਿਸੇ ਦਿਨ ਡਿਵੀਜ਼ਨ ਪਰਸਨੈਲਿਟੀ ਹੁੰਦੀ ਹੈ ਜਿਵੇਂ ਤੁਹਾਡਾ ਸਟ੍ਰਾਈਕਿੰਗ ਹਿਊਮਰ ਹੈ ਉਹ ਬਹੁਤ ਇਨਫਲੂਐਂਸ ਹੁੰਦਾ ਆਪਣੀ ਆਪ ਬ੍ਰਿੰਗਿੰਗ ਆਪਣੀ ਫੈਮਿਲੀ ਐਂਵਾਇਰਨਮੈਂਟ ਤੋਂ ਤੇ ਲੋਕਾਂ ਦਾ ਇਹ ਮੰਨਣਾ ਹੋਣਾ ਵੀ ਜੋ ਤੁਹਾਡਾ ਹਿਊਮਰ ਹੈ ਉਹ ਇਨਸਪਾਇਰਡ ਹੈ ਤੁਹਾਡੀ ਖੁਸ਼ਹਾਲ ਫੈਮਿਲੀ ਤੋਂ ਤੁਹਾਡੇ ਵਧੀਆ ਬਚਪਨ ਤੋਂ ਵਧੀਆ ਬਚਪਨ ਤੋਂ ਨਹੀਂ ਵਧੀਆ ਬਚਪਨ ਤੋਂ ਇੱਕ ਐਗਜ਼ਾਮਪਲ ਨੇ ਇੱਕ ਤਾਂ ਬਹੁਤ ਵਧੀਆ ਬਚਪਨ ਕਿ ਭਾਈ ਸਾਹਿਬ ਸਭ ਕੁਝ ਬੈੱਡ ਤੇ ਮਿਲ ਰਿਹਾ ਹੈ ਜੀ 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 ਹਨਾ ਇੱਕ ਬਚਪਨ ਹੈਗਾ ਕਿ ਸਟਰਗਲ ਹ ਹਰ ਚੀਜ਼ ਲਈ ਸਟਰਗਲ ਹੈ ਲੋੜੀ ਆ ਰਹੀ ਹੈ 13 ਤਰੀਕ ਦੀ ਲੋੜੀ ਹੈ ਦਸੰਬਰ ਤੋਂ ਆਪ ਆਪਣੇ ਘਰਦਿਆਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਕਿ ਪੈਸੇ ਚਾਹੀਦੇ ਡੋਰਾਸਤੇ ਐਦਾਂ ਦਾ ਬਚਪਨ ਹੈ ਦੀਵਾਲੀ ਦੇ ਵਿੱਚ ਕਨਵਿੰਸ ਕਰਨਾ ਪੈ ਰਿਹਾ ਕਿ ਚਾਰ ਬੰਦਿਆਂ ਦੀ ਐਗਜ਼ੈਂਪਲ ਦੇ ਕੇ ਕਿ ਸੋਨੂ ਦੇ ਡੈਡੀ ਨੇ ਉਹਨੂੰ ਆ ਲੈ ਕੇ ਦਿੱਤਾ ਪ੍ਰਵਿੰਦਰ ਦੇ ਡੈਡੀ ਨੇ ਆ ਲੈ ਕੇ ਦਿੱਤਾ ਤੇ ਤੁਸੀਂ ਹਾਂ ਤੇ ਇਹ ਇਸ ਤਰ੍ਹਾਂ ਦਾ ਇਹ ਚੀਜ਼ਾਂ ਦੇ ਵਿੱਚ ਜਦੋਂ ਇਟਸ ਨੋਟ ਅ ਸਟਰਗਲ ਸਟੋਰੀ ਇਹ ਅਗਰ ਇੱਕ ਤੁਸੀਂ ਕਮੇਡੀਅਨ ਹੋ ਤੇ ਮੇਰੇ ਹਿਸਾਬ ਨਾਲ ਤੁਹਾਡਾ ਅਗਰ ਇਸ ਤਰ੍ਹਾਂ ਦਾ ਬਚਪਨ ਹੈ ਨਾ ਲੋਕੀ ਬਹੁਤ ਖੁਸ਼ ਹੁੰਦੇ ਗੱਲਾਂ ਸੁਣ ਤੇ ਰਿਲੇਟ ਕਰਦੇ ਰਿਲੇਟ ਕਰਦੇ ਨੇ ਜਾਂ ਫਿਰ ਇਹ ਸੋਚਦੇ ਕਿ ਯਾਰ ਸਾਡਾ ਇਦਾਂ ਦਾ ਨਹੀਂ ਹੈਗਾ ਹੂੰ ਤੇ ਆਲਵੇਸ ਦੁਨੀਆ ਜਿਹੜੀ ਹੈ ਨਾ ਤੁਹਾਡੇ ਫੇਲਿਅਰ ਤੇ ਹੱਸਦੀ ਹੈ ਹੂੰ ਤਾਂ ਮੇਰਾ ਬਚਪਨ ਥੋੜਾ ਇਸ ਤਰ੍ਹਾਂ ਦਾ ਹੀ ਸੀਗਾ ਬਈ ਇੱਕ ਵਾਰ ਤੁਹਾਡੇ ਇੰਟਰਵਿਊ 'ਚ ਸੁਣਿਆ ਸੀਗਾ ਕਿ ਸਕੂਲ ਦੇ ਯੂਨੀਫਾਰਮ ਦੇ ਵਿੱਚ ਤੁਹਾਨੂੰ achar 베ਚਣੇ ਪਏ ਹਾਂ ਮਤਲਬ ਔਰ ਟਾਈਮ ਆ ਟਾਈਮ ਕੁਝ ਵੀ ਕਰਵਾ ਸਕਦਾ ਤੁਹਾਡੇ ਕੋਲ ਉਹ ਐਕਸਪੀਰੀਅੰਸ ਬਾਰੇ ਸ਼ੇਅਰ ਹਾਂ ਮੈਂ ਦੱਸਣਾ ਤੁਹਾਨੂੰ ਕਿ ਆਪਾਂ ਬਚਪਨ ਤੋਂ ਸ਼ੁਰੂ ਕੀਤਾ ਬਚਪਨ ਇਸ ਤਰ੍ਹਾਂ ਦੀ ਚੀਜ਼ ਹੈ ਜਿਹਦੇ ਵਿੱਚ ਨਾ ਕਿਉਰਿਓਸਿਟੀ ਰਹਿੰਦੀ ਕਿ ਮੇਰੇ ਕੋਲ ਵੀ ਇਹ ਚੀਜ਼ਾਂ ਹੋਣ ਸਕੂਲ ਬੰਗ ਕੀਤਾ ਤੁਸੀਂ ਮਤਲਬ ਸਾਰੇ ਨੇ ਆਪਾਂ ਤੁਹਾਡੇ ਚ ਵੀ ਕਾਫੀ ਲੋਕਾਂ ਜਿਹੜੇ ਤੁਸੀਂ ਸਕੂਲ ਬੰਗ ਕਰਦੇ ਹੋ ਕਿ ਯੂ ਹੈਵ ਪੰਜ ਪੰਜ 6 ਘੰਟੇ ਹੁੰਦੇ ਨੇ ਬਾਹਰ ਘੁੰਮਣ ਵਾਸਤੇ ਟਾਈਮ ਸਪੈਂਡ ਕਰਨ ਵਾਸਤੇ ਤੇ ਮੇਰੇ ਜਿਹੜੇ ਕਲਾਸਮੇਟ ਸੀ ਉਹ ਸਕੂਲ ਬੰਗ ਕਰਦੇ ਸੀ ਨਾ ਜਿਹੜੇ ਨਾਲ ਵਾਲੇ ਮੈਨੂੰ ਇਗਨੋਰ ਕਰਦੇ ਸੀ ਕਿਉਂਕਿ ਅਗਰ ਫਿਲਮ ਦੇਖਣ ਜਾਣਾ ਹੈ ਤੇ ਇਹਦੇ ਪੈਸੇ ਵੀ ਸਾਨੂੰ ਖਰਚਨੇ ਪੈਣੇ ਆ ਹੁਣ ਤੁਸੀਂ ਘਰ ਤੇ ਕਹਿ ਨਹੀਂ ਸਕਦੇ ਕਿ ਕੱਲ ਮੈਂ ਬੰਕ ਮਾਰ ਰਿਹਾ ਫਿਲਮ ਦੇ ਪੈਸੇ ਦੇ ਦੋ ਸੋ ਉਹ ਮੈਨੂੰ ਲੱਗਦਾ ਸੀਗਾ ਕਿ ਯਾਰ ਮੈਂ ਕਿਸੇ ਤੇ ਬਰਡਨ ਨਾ ਬਣਾ ਬੋਝ ਨਾ ਬਣਾ ਕਰੋ ਕਹਿ ਨਹੀਂ ਸਕਦੇ ਫਰੈਂਡ ਸਰਕਲ ਉਸ ਤਰ੍ਹਾਂ ਦਾ ਤੇ ਫਿਰ ਮੈਂ ਇਹੀ ਸੋਚਿਆ ਕਿ ਮੈਂ ਬੰਕ ਤੇ ਕਰਾਂਗਾ ਜਾਂ ਮੈਂ ਇੰਜੋਏ ਤੇ ਕਰਾਂਗਾ ਜੋ ਤੁਸੀਂ ਸਭ ਕਰ ਰਹੇ ਹੋ ਮੈਂ ਪੈਸਾ ਕਮਾ ਲਾਂਗਾ ਸੋ ਸਕੂਲ ਤੋਂ ਬਾਅਦ ਦੇ ਵਿੱਚ ਮੈਂ ਫਿਰ ਕਾਫੀ ਕੰਮ ਕੀਤਾ ਮੈਂ ਕੋਰੀਅਰ ਸਰਵਿਸ ਕੰਮ ਕੀਤਾ ਅਚਾਰ ਦਾ ਕੰਮ ਕੀਤਾ ਤੇ ਕਾਫੀ ਮਜ਼ਾ ਸੀ ਉਸ ਕੰਮ ਦੇ ਵਿੱਚ ਬਟ ਬੜਾ ਉਖਾਏ ਪੈਸਾ ਕਮਾਣਾ ਤੁਸੀਂ ਪੈਸਾ ਕਮਾਉਂਦੇ ਹੋ ਤੁਸੀਂ ਆਪਣੀ ਮਜਬੂਰੀ ਨਹੀਂ ਵੇਚ ਸਕਦੇ ਇਹ ਮੈਨੂੰ ਹੁਣ ਰਿਅਲਾਈਜ਼ ਹੁੰਦਾ ਹੈ ਕਿ ਛੋਟਕਲਾਸ ਨਾਲ ਲਈ ਤੁਹਾਨੂੰ ਹਸਾਣਾ ਪੈਣਾ ਤੁਸੀਂ ਕਹਿ ਨਹੀਂ ਸਕਦੇ ਕਿ ਯਾਰ ਮੈਂ ਬੜਾ ਹੀ ਗਰੀਬ ਬੰਦਾ ਪਲੀਜ਼ ਹਾਸਲ ਹੋ ਯਾਰ ਦੁੱਖ ਨਹੀਂ ਵਿਕਦਾ ਹਾਂ ਮਤਲਬ ਇਹ ਕਹਿ ਕੇ ਤੁਹਾਨੂੰ ਉਹਦੇ ਲਈ ਕੁਝ ਦੱਸਣਾ ਪੈਣਾ ਇੰਟਰਸਟਿੰਗ ਹਾਂ ਬਟ ਸਟਾਰਟਿੰਗ ਜਿੱਦੂ ਮੈਂ ਪਹਿਲੇ ਦਿਨ ਆਚਾਰ ਵੇਚਣ ਗਿਆ ਤੇ ਪਹਿਲੇ ਤਾਂ ਮੈਨੂੰ ਲੱਗਾ ਕਿ ਮੈਂ ਜਿੱਦਾਂ ਦਰਵਾਜ਼ਾ ਖੜਗਾਉਂਗਾ ਉਹ ਕਹਿਣਗੇ ਵਾਹ ਕੀ ਬਾਤ ਕੀ ਆਚਾਰ ਹੈ ਕੀ ਮੁੰਡਾ ਹਾਂ ਮੁੰਡਾ ਛੱਡੋ ਕਿ ਯਾਰ ਉਹ ਚਾਰ ਮੈਂ ਆਪ ਨਹੀਂ ਖਾ ਕੇ ਦੇਖਿਆ ਮਲੂਕਾਂ ਨੂੰ ਕਹਿ ਰਿਹਾ ਬੜਾ ਹੀ ਸਵਾਦ ਆ ਜੀ ਇਹ ਤੁਹਾਨੂੰ ਬਾਜ਼ਾਰੋਂ ਇੰਨੇ ਤਾਂ ਮਿਲੇਗਾ ਬਾਜ਼ਾਰੋਂ ਭਾਵੇਂ ਹੋਰ ਸਸਤਾ ਮਿਲਣ ਦੇ ਹੋਵੇ ਫਟ ਕਿਸੇ ਨੇ ਨਹੀਂ ਖਰੀਦਿਆ ਨਾ ਜਦੋਂ ਮੈਨੂੰ ਲੱਗਾ ਕਿ ਯਾਰ ਇਹ ਤੇ ਬਹੁਤ ਔਖਾ ਔਖਾ ਕਮਾਣਾ ਔਖਾ ਕੰਮ ਆ ਮਤਲਬ ਬੰਦਾ ਐਵਰੇਜ ਸੋਚਦਾ ਨਾ ਕਿ ਦੇਖੋ ਇਹ ਤੇ ਹੈ ਨਹੀਂ ਕਿ ਤੁਸੀਂ ਮਿਊਚੁਅਲ ਫੰਡ ਚ ਫੰਡ ਚ ਪੈਸੇ ਪਾਉਣੇ ਹਨ ਹਾਂ ਨਾ ਤੇ ਇਹੀ ਸੀਗਾ ਕਿ ਇੰਨੇ ਕ ਪੈਸੇ ਚਾਹੀਦੇ ਕਿ ਕੱਲ ਅਗਰ ਸਕੂਲ ਤੋਂ ਕਿਤੇ ਭੱਜਣਾ ਹੈ ਜਾਂ ਫਿਰ ਕੁਝ ਖਰੀਦਣਾ ਤੇ ਉਹਨੇ ਕੁ ਲਿਮਟਿਡ ਪੈਸੇ ਚਾਹੀਦੇ ਮੈਂ ਕਿਹਾ ਤੇ ਆਪਾਂ 2 ਘੰਟਿਆਂ ਦੀ ਵੇਚ ਕੇ ਬੰਨੇ ਕਰਨਾ ਫਟ ਉਹ ਕਾਫੀ ਔਖਾ ਸੀ ਯਾਰ ਵੇਚਣਾ ਫਿਰ ਮੈਂ ਉਹੀ ਜੋ ਆਪਾਂ ਇਮੋਸ਼ਨਲ ਕਾਰਡ ਖੇਡਦੇ ਮੈਂ ਆਪਣੇ ਤੋਰੇ ਫਰੈਂਡ ਸਰਕਲ ਦੇ ਜਿਹੜੇ ਮੇਰੇ ਦੋਸਤ ਸੀਗੇ ਉਹਨਾਂ ਦੇ ਘਰੇ ਜਾ ਕੇ ਆਂਟੀ ਤੁਸੀਂ ਲੈ ਲਓ ਵੀ ਕਿਹਾ ਨਹੀਂ ਐ ਤੇ ਵਧੀਆ ਬਣ ਕੇ ਲੈ ਲਿਆ ਪਰ ਬਣ ਕੇ ਲੈ ਲਿਆ ਅ ਬਟ ਵਧੀਆ ਵਧੀਆ ਸੀ ਯਾਰ ਉਹ ਮਤਲਬ ਐਕਸਪੀਰੀਅੰਸ ਅੱਛਾ ਹੁਣ ਯਾਦ ਕਰਕੇ ਅੱਛਾ ਲੱਗਦਾ ਹਾਂ ਬਟ ਉਹ ਵੀ ਕੰਜਰ ਹਨਾ ਜਿਹੜੇ ਜਿੰਨਾਂ ਨੂੰ ਮੈਂ ਵੇਚਿਆ ਉਹ ਵੀ ਅੱਜ ਗੱਲਾਂ ਇਹੀ ਕਰਦੇ ਨੇ ਇਹ ਵੱਡਾ ਹਨੂ 4 ਵੇਜ ਦਾ ਹੈ ਜੀ ਇਹਦੇ ਕੋ ਖਰੀਦਦਾ ਕੋਈ ਨਹੀਂ ਬਟ ਥੈਂਕ ਯੂ ਯਾਰ ਜਿੰਨਾਂ ਨੇ ਖਰੀਦਿਆ 12 13 ਬਰਨੀਆਂ ਮੈਂ ਵੇਚੀਆਂ ਸੀ ਬਿਨਾਂ ਨਵੇਂ ਖਰੀਦਿਆ ਵਧੀਆ ਗੱਲ ਆ। ਅੱਛਾ ਮਨਪ੍ਰੀਤ ਜੀ ਅਮ ਰੋਟੀ ਗਮੋਂ ਲਈ ਬਹੁਤ ਹੱਥ ਪੈਰ ਮਾਰੇ ਹਨਾ ਚਾਹੇ ਆਟੋਮੋਬਾਈਲ ਕੰਪਨੀ ਹੋਵੇ ਡੋਮਿਨਿਅਸ ਹੋ KFC ਹੋ ਸਪੇਅਰ ਪਾਰਟਸ ਦਾ ਬਿਜ਼ਨਸ ਵੀ ਵਿੱਚ ਕੀਤਾ। ਇਹ ਸਟੈਂਡ ਅਪ ਕਾਮੇਡੀ ਦਾ ਖਿਆਲ ਕਿਦਾਂ ਕਦੋਂ? ਸਟੈਂਡ ਅਪ ਕਾਮੇਡੀ ਕਾਮੇਡੀਅਨ ਤੋਂ ਮੈਂ ਬਚਪਨ ਤੋਂ ਸੀਗਾ। ਹਾਂ ਹੈਗਾ ਸੀਗਾ। ਹਨਾ ਉਹ ਗੱਲ ਵੱਖਰੀ ਤੁਹਾਡੇ ਕੋਈ ਚੁਟਕਲੇ ਨਹੀਂ ਸੁੰਣਾ ਚਾਹੁੰਦਾ। ਫਿਰ ਆ ਫਾਤੀ ਤਾਂ ਬਚਪਨ ਤੋਂ ਸੀ। ਹਾਂ ਮੈਂ ਸਕੂਲ ਟਾਈਮ ਤੋਂ ਹੁੰਦੀ ਸੀ ਬਾਲ ਸਭਾ ਹੁੰਦੀ ਸੀ। ਹਾਂ। ਬਾਲ ਸਭਾ ਤੋਂ ਮੈਂ ਮਤਲਬ ਇਹ ਨੂੰਦਾ ਸੀ ਕਿ ਕਾਮੇਡੀ ਕਰਨੀ। ਸਕੂਲ ਜਿੱਤੀ ਕਾਲਜ ਮੈਂ ਗਿਆ ਨਹੀਂ ਥੇ ਬਟ ਮੈਂ ਕਾਲਜ ਫੈਸ ਜਿੱਤੇ ਆ ਕਾਲਜ ਅੱਛਾ ਕਾਲਜ ਨਹੀਂ ਕੀਤਾ ਤੁਸੀਂ ਕਾਲਜ ਫੈਸ ਵਿੱਚ ਪਾਰਟਿਸਪੇਟ ਕੀਤਾ ਹਾਂ ਮੈਂ ਯੂਨੀਵਰਸਿਟੀ ਫੈਸ ਜਿੱਤੇ ਆ ਕੀ ਬਾਤ ਆ ਉਹ ਲੈ ਜਾਂਦੇ ਨੇ ਦੇ ਮੁੰਡੇ ਅੱਛਾ ਯੂਨੀਵਰਸਿਟੀ 'ਚ ਪਰਫਾਰਮ ਕਰਕੇ ਜਿਹੜਾ ਕੌਨਫੀਡੈਂਸ ਉਸ ਆਡੀਅੰਸ ਅੱਗੇ ਜਿਹੜਾ ਤੁਸੀਂ ਜਿੱਤਦੇ ਹੋ ਨਾ ਫਿਰ ਤੁਸੀਂ ਕਿਤੇ ਵੀ ਪਰਫਾਰਮ ਕਰ ਸਕਦੇ ਹੋ हां मतलब में, वो मेनू हले भी याद है हुन हुन की कर मेरा कुछ कौन थोड़ी कह दे कि आडा वो वापस दे दे जेड़ा उन्होंने अपन मोमेंटो ਦਿੱਤਾ ਤੇ ਮੈਂ ਦੱਸਣਾ ਚਾਹਨਾ ਕਿ ਮੈਂ ਹਿਸਟੋਰੀਕਸੇ ਫਰਸਟ ਆਇਆ ਹਾਂ ਕੀ ਬਾਤ ਹੈ ਜੀ ਕੀ ਬਾਤ ਹੈ ਕਰਨਾਲਕ ਦੇ ਯੂਨੀਵਰਸਿਟੀ ਹਿਸਟੋਰੀਕਸੇ ਮੈਂ ਫਰਸਟ ਆਇਆ ਹਾਂ ਫੈਸ ਸੱਚੀ ਗੱਲ ਸੱਚੀ ਗੱਲ 100% ਬਟ ਮੈਂ ਉਥੇ ਪੜਦਾ ਨਹੀਂ ਅੱਛਾ ਉਹ ਮੈਨੂੰ ਕਿ ਸਟੂਡੈਂਟ ਬਣਾ ਕੇ ਲੈ ਗਿਆ ਮੈਂ ਹੁਣ ਤਾਂ ਉਹ ਬੁੱਕਰੀ ਮਾਰਦੇ ਹੋਣੇ ਸਾਡੇ ਕਾਲਜ ਦਾ ਜਵਾਕ ਹੈ ਜੀ ਉਹ ਮੇਰੇ ਘਰ ਅਜੇ ਵੀ ਉਹ ਪਿਆ ਮੋਮੈਂਟੋ ਜਿਹੜਾ ਉਹਨੇ ਦਿੱਤਾ ਬਟ ਜਿੱਦਾਂ ਜਿੱਦਾਂ ਅੱਗੇ ਜਰਨੀ ਚੱਲਦੀ ਗਈ ਫਿਰ ਘਰਾਂ ਦੀਆਂ ਜ਼ਰੂਰਤਾਂ ਇੱਕ ਟਾਈਮ ਤੇ ਸਟੈਂਡ ਹੋਣ ਦੀ ਜਿਹੜੀ ਪ੍ਰੈਸ਼ਰ ਲਾ ਲੋ ਜਾਂ ਦਿੱਕਤ ਲਾ ਲੋ ਔਰ ਚੋਂ ਲੰਘਦੇ 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 ਮੈਨੂੰ ਸੀਗਾ ਕਿ ਮੈਂ ਹੁਣ ਇਹ ਸਟੈਂਡ ਅਪ ਕਾਮੇਡੀ ਥੋੜੇ ਟਾਈਮ ਤੋਂ ਬੜੀ ਫੇਮਸ ਹੋਈ ਹੈ ਹਮ ਹਮ ਮੈਨੂੰ ਸੀਗਾ ਕਿ ਮੈਂ ਟਰਾਈ ਕਰਾਂ ਬਟ ਮੈਂ ਕਰ ਨਹੀਂ پا ਰਿਹਾ ਸੀ ਤੇ ਡੋਮੀਨੋਸ ਮੈਂ ਜੋਬ ਕਰਦਾ ਸੀ ਦੋ ਚੀਜ਼ਾਂ ਇਕੱਠੀਆਂ ਕਲੈਸ਼ ਹੋਈਆਂ ਹਮ ਡੋਮੀਨੋਸ ਦੇ ਵਿੱਚ ਐਨੂਅਲ ਮੀਟ ਹੁੰਦੀ ਇੱਕ ਪੂਰੇ ਇੰਡੀਆ ਦੇ ਵਿੱਚੋਂ ਨਾ ਅਲੱਗ-ਅਲੱਗ ਸਟੋਰਸ ਤੋਂ ਸਾਰੇ ਆਂਦੇ ਨੇ ਉਹਦੇ ਵਿੱਚ ਨਾ ਇੱਕ ਮਤਲਬ ਜਿਸ ਤਰ੍ਹਾਂ ਪਾਰਟੀ ਹੈ ਪਾਰਟੀ ਹੈ ਪਾਰਟੀ ਤੋਂ ਪਹਿਲੇ ਨਾ ਇੱਕ ਫੰਕਸ਼ਨ ਵਾਸਤੇ ਭੰਗੜਾ ਦੀ ਟੀਮ ਗਿੱਦੇ ਦੀ ਟੀਮ ਕਿਸੇ 'ਚ ਕੁਝ ਟੈਲੈਂਟ ਹੈਗਾ ਤੇ ਉਹ ਆਪਣਾ ਸਾਨੂੰ ਸੰਭਜ ਕਰ ਸਕਦੇ ਉਸ ਤੋਂ ਪਹਿਲੇ ਸਾਰੇ ਜਿਹੜੇ ਆਰਟਿਸਟ ਸੀ ਉਹ ਪੇਡ ਬਾਹਰੋਂ ਬੁਲਾਏ ਜਾਂਦੇ ਸੀ ਤੁਹਾਡੇ ਆਉਣ ਤੋਂ ਪਹਿਲਾਂ ਮੇਰੇ ਮਤਲਬ ਉਹ ਉਹ ਪਰਫਾਰਮੈਂਸ ਤੋਂ ਪਹਿਲੇ ਐਚ ਆਰ ਨੂੰ ਹੁੰਦਾ ਹੈ ਕਿ ਯਾਰ ਪੈਸਾ ਬਚਾ ਲੋ ਆਪਣੇ ਬੰਦਿਆਂ ਨੇ ਆਪਣੇ ਬੰਦਿਆਂ ਨੇ ਐਚਆਰ ਨੂੰ ਇੱਕ ਮੇਲ ਸ਼ੂਟ ਕੀਤੀ ਇਫ ਯੂ ਹੈਵ ਗੁੱਡ ਟੈਲੈਂਟ ਯੂ ਸੈਂਡ ਯੂ ਵੀਡੀਓ ਇਹ ਉਹ ਜੋ ਕਿ ਪਤਾ ਨਹੀਂ ਉਸ ਤੋਂ ਬਾਅਦ ਉਹ ਦਾਪਾ ਕੀ ਇੰਡੀਆ ਗੋ ਟੈਲੈਂਟ ਚੱਲ ਜਾਣਾ ਤੇ ਉਹ ਮੇਲ ਜਦੋਂ ਆਈ ਮੈਂ ਮੈਨੇਜਰ ਸੀ ਅਸਿਸਟੈਂਟ ਮੈਨੇਜਰ ਸੀ ਡੋਮੀਨੋਸ 'ਚ ਮੈਨੂੰ ਲੱਗਾ ਕਿ ਯਾਰ ਕਰ ਲਈਏ ਮਤਲਬ ਉਹ ਉਹ ਦਿਨ ਪਤਾ ਨਹੀਂ ਕਿਉਂ ਜਿੱਦਾਂ ਹੁੰਦਾ ਨਾ ਕਿ ਮਹਾਰਾਜ ਨੇ ਕੁਝ ਮਿਹਰ ਬਾਤ ਦੀ ਮੈਂ ਨਾ ਥੱਲੇ ਖੜ ਕੇ ਵੀ ਵੀਡੀਓ ਬਣਾ ਕੇ ਨਾ ਮੈਂ ਆਪਣੇ ਐਚਆਰ ਨੂੰ ਭੇਜਤੀ ਫਾਈਂਡ ਦਾ ਅਟੈਚਮੈਂਟ ਤੇ ਐਚਆਰ ਉਹਨਾਂ ਨੂੰ ਮੇਰੀ ਵੀਡੀਓ ਪਸੰਦ ਆ ਗਈ। ਉਹ ਦਿਨ ਐਚਆਰ ਲਈ ਬਹੁਤ ਮਾੜਾ ਦਿਨ ਸੀ। ਕਿਉਂਕਿ ਮੈਂ ਕੋਈ 1500 2000 ਬੰਦੇ ਸਾਹਮਣੇ ਪਰਫਾਰਮ ਕੀਤਾ ਪਰਫਾਰਮ ਕਰਨ ਤੋਂ ਬਾਅਦ ਇੱਕ ਹੁੰਦਾ ਆਡੀਅנס। ਹਾਂ। ਇੱਕ ਹੁੰਦੇ ਤੁਹਾਡੇ ਸੀਨੀਅਰ। ਜੀ। ਸੀਨੀਅਰ ਦੇ ਸਾਹਮਣੇ ਪਰਫਾਰਮ ਕਰਨਾ ਬਹੁਤ ਔਖਾ ਕਿ ਕੰਪਨੀ ਦਾ ਸੀਈਓ ਪਹਿਲੀ ਲਾਈਨ 'ਚ ਬੈਠਾ ਪਰ ਤੁਸੀਂ ਉਹਦੇ ਲੈਵਲ ਦੇ हिसाब ਨਾਲ ਦੇਖੋ ਤੇ ਉਹ ਬਹੁਤ ਜ਼ਿਆਦਾ ਸੀਨੀਅਰ ਹੈ। ਪਰਫਾਰਮ ਕੀਤਾ ਮੈਨੂੰ ਪੁਰਾਣੀ ਫੀਲ ਆਈ ਕਿ ਯਾਰ ਮੈਂ ਕਰ ਸਕਾਂ। ਅਗਰ ਮੈਂ ਇਹਨਾਂ ਵਾਸਤੇ ਕਰ ਸਕਦਾ ਤੇ ਮੈਂ ਲੋਕਾਂ ਵਾਸਤੇ ਵੀ ਕਰ ਸਕਦਾ ਚਲ ਦੁਬਾਰਾ ਆ ਜਿਓ ਚਲ ਦੁਬਾਰਾ ਮੈਂ ਵੀ ਕਰਨਾ ਹੈ ਕਰਨਾ ਕਰਨਾ ਬਟ ਉਹੀ ਫੈਮਿਲੀ ਫਾਈਨੈਂਸ਼ੀਅਲੀ ਕਿੱਦਾਂ ਕੀਤਾ ਜਾਵੇ ਮੈਂ ਵਾਈਫ ਨੂੰ ਆ ਕੇ ਗਿਆ ਮੈਂ ਕਿਹਾ ਯਾਰ ਮੈਂ ਨਾ ਕਰਨਾ ਚਾਹਨਾ ਹੂੰ ਉਹ ਕਹਿੰਦੀ ਵੀ ਕਰ ਲੈ ਮੈਂ ਕਿਹਾ ਵੀ ਕਰ ਕਿੱਦਾਂ ਚੱਲੂਗਾ ਉਹ ਕਹਿੰਦੀ ਵੀ ਦੇਖ ਤੂੰ ਨਾ ਰੋਜ਼ ਸ਼ਾਮੀ ਆਣਾ ਤੇ ਇੱਕ ਕੋਈ ਗੱਲ ਕਿ ਮੈਂ ਕਰਨਾ ਚਾਹਨਾ ਹੈ ਮੈਂ ਦੁਬਾਰਾ ਬੰਨਣਾ ਚਾਹਨਾ ਹੈ ਮੈਂ ਆਪਣਾ ਪੈਸ਼ਨ ਫੋਲੋ ਕਰਨਾ ਚਾਹਨਾ ਹੈ ਤੂੰ ਕਰ ਲੈ ਨਾ ਇਦਨਾਲੀ ਕਿ ਇੱਕ ਤੇ ਰੋਜ਼ ਦਾ ਪ੍ਰੈਸ਼ਰ ਖਤਮ ਹੋਏਗਾ ਤੇਰੇ ਕੋਲ 1 ਸਾਲ ਦਾ ਟਾਈਮ ਹੈ ਤੂੰ ਕਰ ਲੈ ਜੋ ਕਰਨਾ ਕਰ ਇੱਕ ਸਾਲ ਮੈਂ ਤੇਰੇ ਕੋਲ ਇੱਕ ਰੁਪਈਆ ਨਹੀਂ ਮੰਗਾਂਗੀ ਮੈਂ ਘਰ ਚਲਾ ਲਾਂਗੀ ਸਾਰਾ ਕੁਝ ਜੋ ਹੋਏਗਾ ਦੇਖੀ ਦੇਖੀ ਜਾਏਗੀ ਪੈਸੇ ਵੱਲੋਂ ਇੱਕ ਹੁੰਦਾ ਨਾ ਕਿ ਇੱਕ ਰਿਸਪੌਂਸੀਬਲ ਬੰਦੇ ਦੇ ਹਿਸਾਬ ਨਾਲ ਘਰ ਦੇ ਵਿੱਚ ਜ਼ਰੂਰਤਾਂ ਨੇ ਉਹ ਕਹਿੰਦੀ ਮੈਂ ਪੂਰੀਆਂ ਕਰ ਦਾਂਗੀ ਬਟ ਤੂੰ ਇੱਕ ਸਾਲ ਜਦੋਂ ਖਤਮ ਹੋ ਗਿਆ ਨਾ ਮਿਹਨਤ ਕਰਨ ਉਸ ਤੋਂ ਬਾਅਦ ਦੇ ਵਿੱਚ ਮੇਰੇ ਅੱਗੇ ਨਹੀਂ ਆ ਕੇ ਕਿਹਾ ਕਿ ਹੁਣ ਮੈਂ ਮਤਲਬ ਤੂੰ ਕਰ ਲੈ ਕਰ ਲੈ ਜੋਤਰਾ ਮਨ ਕਰਦਾ ਕਰ ਲੈ ਸੋ ਮੈਂ ਜੌਬ ਕਟ ਕੀਤੇ ਉਸ ਤੋਂ ਬਾਅਦ ਦੇ ਵਿੱਚ ਅੱਛਾ ਇਹ ਬਹੁਤ ਹੁੰਦਾ ਹੈ ਕਿ ਪਹਿਲੇ ਲੋਕੀ ਕਾਮਿਕ ਬੰਦਦੇ ਨੇ ਫਿਰ ਜੌਬ ਕਟ ਕਰਦੇ ਨੇ ਮੇਰੇ ਕੇਸ ਚ ਉਲਟਾ ਹੋ ਗਿਆ ਉਹ ਕੁਝ ਹੁੰਦਾ ਨਾ ਕਿ ਸਰਕਮਸਟੈਂਸ ਜਿਹੜੇ ਹੁੰਦੇ ਨਾ ਉਹ ਤੁਹਾਨੂੰ ਉਸੇ ਤਰੀਕੇ ਨਾਲ ਚਲਾਉਂਦੇ ਮੈਂ ਇੱਕ ਕੰਪਨੀ ਇਸ ਤਰ੍ਹਾਂ ਦੀ ਜੁਆਇਨ ਕੀਤੀ ਜਿਹਦੇ ਵਿੱਚ ਮੈਂ ਵੋਲੰਟੀਅਰ ਬਣਿਆ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਮੈਂ ਵੋਲੰਟੀਅਰ ਬਣਿਆ ਕਿ ਸ਼ੋਅ ਤੋਂ ਪਹਿਲੇ ਜਿਸ ਤਰ੍ਹਾਂ ਟਿਕਟਸ ਚੈੱਕ ਕਰਨੀਆਂ ਲੋਕਾਂ ਨੂੰ ਸੈਟਲਡ ਡਾਊਨ ਕਰਨਾ ਆਰਟਿਸਟ ਨੂੰ ਰਿਸੀਵ ਕਰਨਾ ਉੱਥੇ ਮੈਂ ਵਲੰਟੀਅਰ ਸਟ੍ਰੈਚ ਤੋਂ ਸ਼ੁਰੂ ਕੀਤਾ ਕਿ ਹਾਂ ਬਿਲਕੁਲ ਸਕ੍ਰੈਚ ਕਿ ਇੱਕ ਕਾਮੇਡੀ ਵੀ ਨਹੀਂ ਹੈ ਇੱਕ ਕਾਮੇਡੀ ਦੀ ਬੈਕਸਾਈਡ ਹੈ ਇਸੇ ਬੈਕ ਆਫ ਦਾ ਹਾਊਸ ਉੱਥੇ ਮੈਂ ਫਿਰ ਪਹਿਲੀ ਵਾਰ ਅਮੀਟੈਂਡੈਂਸ ਸਰ ਨੂੰ ਮਿਲਿਆ ਅਮੀਟੈਂਡੈਂਸ ਸਰ ਅਮੀਟੈਂਡੈਂਸ ਸਰ ਉਹਨਾਂ ਤੋਂ ਮੈਂ ਮਿਲਿਆ ਤੇ ਉਹਨਾਂ ਨੂੰ ਮੈਂ ਗ੍ਰੀਨ ਰੂਮ ਚ ਦੱਸਿਆ ਮੈਂ ਕਿ ਸਰ ਮੈਂ ਵੀ ਬੰਨਾ ਚਾਹੁੰਦਾ ਹੈਗਾ ਮੈਂ ਵਲੰਟੀਅਰ ਹਾਂ ਲੋਕਾਂ ਨੂੰ ਬਿਠਾ ਰਿਹਾ ਬਟ ਹੁੰਦਾ ਨਾ ਕਿ 5 ਮਿੰਟ ਮਿਲੇ ਆ ਤੁਹਾਨੂੰ ਤੇ ਜਾ ਕੇ ਆਰਟਿਸਟ ਨਾਲ ਗੱਲ ਕਰ ਲਓ ਤੇ ਸਰ ਕਹਿੰਦੇ ਵੀ ਤੂੰ ਕੀ ਲਿਖਿਆ ਮੈਂ ਕਿਹਾ ਹਜੇ ਤੇ ਮੈਂ ਲਿਖਿਆ ਨਹੀਂ ਹਜੇ ਮੈਂ ਸੋਚਿਆ ਕਿ ਮੈਂ ਐ ਲਿਖਾਂਗਾ ਕਹਿੰਦੇ ਮੈਨੂੰ ਸੁਨਾਮ ਹੈ ਸੁਨਾਇਆ ਕਹਿੰਦੇ ਵੀ ਏ ਨਾ ਸਟੇਜ ਤੇ ਸੁਣਾ ਦੇ ਜਾ ਕੇ ਹੂੰ ਮੈਂ ਕਹਾਂ ਕਰ ਦੂੰ ਕਹਿੰਦੇ ਹੁਨੇਈ ਮੌਕਾ ਦਿੱਤਾ ਉਹ ਔਨ ਦਾ ਸਪੌਟ ਬਟ ਮੈਂ ਨਹੀਂ ਕਰ ਪਾਇਆ ਮੈਂ ਕਹਾ ਸਰ ਮੇਰੇ ਕੋ ਨਹੀਂ ਹੋ ਪਾਏਗਾ ਬੜਾ ਔਖਾ ਤੇ ਬਟ ਉਹਨਾਂ ਨੇ ਮੇਰਾ ਇੰਨਾ ਸਾਥ ਦਿੱਤਾ ਉਹਨਾਂ ਨੇ ਕਿਹਾ ਤੂੰ ਕਰ ਸਕਦਾ ਹੈ ਤੂੰ ਲਿਖ ਇਹਨੂੰ ਕੰਟੀਨਿਊ ਕਰ ਮੈਨੂੰ ਫੋਟੋਸ ਭੇਜ ਜੀ ਜਦੋਂ ਤੂੰ ਪਰਫਾਰਮ ਕਰੇਗਾ ਮੈਨੂੰ ਵੀਡੀਓਸ ਭੇਜ ਜੀ ਫਿਰ ਉਹਨਾਂ ਨੇ ਮੈਨੂੰ ਇਨਕਰੇਜ ਕੀਤਾ ਤੇ ਉਸ ਤੋਂ ਬਾਅਦ ਦਾ ਜਿਹੜਾ ਟਾਈਮ ਸੀ ਨਾ ਉਹ ਬੜਾ ਕੁਇਕ ਹੋ ਗਿਆ ਇੱਕਦਮ ਠੀਕ ਹੈ ਕਿਉਂਕਿ ਇੱਕ ਬੰਦੇ ਨੇ ਐਪਰੀਸ਼ੀਏਟ ਕਰਤਾ ਐਪਰੀਸ਼ੀਏਟ ਵੀ ਇਹੋ ਜਿਹੇ ਬੰਦੇ ਨੇ ਕਰਤਾ ਜਿਹੜਾ ਉਸੇ ਲਾਈਨ ਦੇ ਵਿੱਚ ਹੈ ਤੇ ਉਹ ਰੁਤਬਾ ਬੜਾ ਉੱਪਰ ਹੂੰ ਉਸ ਤੋਂ ਬਾਅਦ ਦੇ ਵਿੱਚ ਤੇ ਮੈਨੂੰ ਨਹੀਂ ਪਤਾ ਕੀ ਬਹੁਤ ਘੱਟ ਹੁੰਦਾ ਵੀ ਕਿਸੇ ਇੰਡਸਟਰੀ 'ਚ অলਰੈਡੀ ਐਸਟੈਬਲਿਸ਼ ਬੰਦਾ ਤੁਹਾਡੇ ਸਰ ਤੇ ਹਾਂ ਬਟ ਉਹਨਾਂ ਦਾ ਨੇਚਰ ਇਸ ਤਰ੍ਹਾਂ ਦਾ ਉਹਨਾਂ ਦੇ ਲਾਗੇ ਕੋਈ ਵੀ ਬੈਠ ਜਾਵੇ ਉਹ ਕਰ ਦਿੰਦੇ ਨੇ ਮੋਟੀਵੇਟ ਤੁਹਾਨੂੰ ਫਿਰ ਬਟ ਮੈਂ ਪੂਰੇ ਮੇਰੇ ਖਿਆਲ 8 ਮਹੀਨੇ ਬਾਅਦ ਸਰ ਨੂੰ ਸਰ ਦਾ ਸ਼ੋਅ ਸੀ ਚੰਡੀਗੜ੍ਹ ਫਿਰ ਮੈਂ ਉਹਨਾਂ ਨੂੰ ਕਿਹਾ ਸਰ ਮੈਂ ਪਰਫਾਰਮ ਕਰਨਾ ਹਾਂ ਤੁਹਾਡੇ ਨਾਲ ਫਿਰ ਟਗੋਰ ਥੀਏਟਰ ਚੰਡੀਗੜ੍ਹ ਮੈਂ ਪਰਫਾਰਮ ਕੀਤਾ ਫਸ ਫਰਸਟ ਟਾਈਮ ਟਗੋਰ ਮੇਰਾ ਫਰਸਟ ਟਾਈਮ ਸੀ ਪਰਫਾਰਮੈਂਸ ਮੇਰੀ ਕੋਈ ਪੰਜਵੀਂ ਛੇਵੀਂ ਸੀਗੀ ਬਟ ਐਨੇ ਲੋਕਾਂ ਸਾਹਮਣੇ ਪਰਫਾਰਮ ਕਰਨਾ ਫਿਰ ਉਹਨਾਂ ਨੂੰ ਵੀ ਲੱਗਾ ਕਿ ਇਹ ਮੁੰਡੇ ਚ ਹੈ ਟੈਲੈਂਟ ਹੈਗਾ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀਡੀਓ ਕਰ ਮੈਂ ਕਿਹਾ ਸਰ ਮੇਰੇ ਕੋ ਤੇ ਮਟੀਰੀਅਲ ਹੀ ਨਹੀਂ ਹੈ ਕਹਿੰਦੇ ਵੀ ਨਹੀਂ ਤੂੰ ਕਰ ਕੁਛ ਨਹੀਂ ਹੁੰਦਾ ਮਟੀਰੀਅਲ ਜੇ ਵੀਡੀਓ ਵਾਇਰਲ ਹੋਏਗੀ ਤੂੰ ਲਿਖੇਗਾ ਨਾ ਹੋਰ ਆਦਰਵਾਇਜ਼ ਲਿਖ ਨਹੀਂ ਤੈਨੂੰ ਲੋੜ ਹੀ ਕੀ ਤੈਨੂੰ ਕਿਹੜਾ ਲੋਕੀ ਬੁੱਕ ਕਰ ਰਹੇ ਤੇ ਉਹ ਸਿੰਗਲ ਕਮੇਡੀਅਨ ਆ ਜਿਹਨੇ ਮੈਨੂੰ ਕਿਹਾ ਸੀਗਾ ਕਿ ਤੂੰ ਵੀਡੀਓ ਕਰ ਪੈਸੇ ਮੈਂ ਦੇ ਦਾਂਗਾ ਕੀ ਬਾਤ ਆ ਕਿਸੇ ਨੇ ਮੈਨੂੰ ਅਜ ਤੱਕ ਨਹੀਂ ਕਿਸੇ ਨੇ ਆਹ ਗੱਲ ਕਹੀ ਕਿ ਪੈਸੇ ਪੈਸਾ ਸਲਾਹ ਤੁਸੀਂ ਬਾਹਰ ਚਲੇ ਜਾਓ ਸਾਰੀ ਦੁਨੀਆ ਸਲਾਹ ਦੇ ਰਹੀ ਹੈ ਬਟ ਸਲਾਹ ਇੰਪਲੀਮੈਂਟ ਕਰ ਵਸੇ ਪੈਸੇ ਦਿੱਤਾ ਤੇ ਸਿੰਗਲ ਬੰਦਾ ਹੈ ਅਮਿਤ ਟੰਡਨ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਆਈ ਵਿਲ ਇਸੇ ਕਰਕੇ ਉਹ ਇੱਥੇ ਵੀ ਨਹੀਂ ਦਿਲਚਸਪੀ ਨਹੀਂ ਦਿਲਚਸਪੀ ਬਹੁਤ ਬਹੁਤ ਜ਼ਿਆਦਾ ਹਾਂ ਤੇ ਬਸ ਇਹੀ ਜਰਨੀ ਸੀਗੀ ਔਰ ਬਾਕੀ ਜਿੰਨਾ ਵੀ ਜੋ ਕੁਝ ਹੋਇਆ ਕਾਫੀ ਕੁਇਕ ਸੀਗਾ ਉਹਦਾ ਮੈਨੂੰ ਆਈਡੀਆ ਨਹੀਂ ਸੀਗਾ ਕਿ ਇਦਾਂ ਹੋਏਗਾ ਚਲੋ ਅਮਿਤ ਸਰ ਤੁਹਾਡੀ ਇਨਸਪੀਰੇਸ਼ਨ ਰਹੇ ਬਾਕੀ ਇੰਡਸਟਰੀ ਚ ਹੁਣ ਲਫਟਰ ਦੇ ਮਾਇਨੇ ਇਸ ਇੰਡਸਟਰੀ ਚ ਚੇਂਜ ਹੋ ਚੁੱਕੇ ਹਨਾ ਚਾਹੇ ਹਰ ਕਿਸੇ ਦਾ ਆਪਣਾ ਐਕਸ ਫੈਕਟਰ ਹੈ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਅਮਿਤ ਸਰ ਤੋਂ ਇਲਾਵਾ ਤੁਹਾਨੂੰ ਲੱਗਦਾ ਵੀ ਕੀ ਤੁਹਾਡੀ ਕੋਈ ਪਰਸਨਲ ਫੇਵਰਿਟ ਹੈ ਅਮਿਤ ਸਰ ਤੋਂ ਇਲਾਵਾ ਜਿੱਦਾਂ ਹੁਣ ਸਟੈਂਡ ਅਪ ਕਾਮੇਡੀ ਇਟਸ ਅ ਅਮਰੀਕਨ ਵਰਜ਼ਨ ਮਤਲਬ ਇਹ ਗੋਰਿਆਂ ਦਾ ਗੋਰਿਆਂ ਦਾ ਵਰਜ਼ਨ ਜੀ ਤੇ ਮੈਨੂੰ ਇੰਗਲਿਸ਼ ਨਹੀਂ ਆਉਂਦੀ ਜਿੰਨੇ ਹੁਣ ਬਾਕੀ ਕਾਮਿਕ ਗੱਲਾਂ ਕਰਦੇ ਆ ਡੇਵ ਸ਼ਪੇਲ ਦੀਆਂ ਜਾਂ ਹੋਰ ਜਿਨੇ ਇੰਟਰਨੈਸ਼ਨਲ ਕਾਮਿਕਸ ਨੇ ਮੈਂ ਅਮਾਨੁੱਲਾ ਖਾਨ ਸਾਹਿਬ ਨੂੰ ਬਹੁਤ ਸੋਹਣਾ ਪਾਕਿਸਤਾਨ 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 ਵੀ ਇੰਟਰਨੈਸ਼ਨਲ ਹੈ ਬਿਲਕੁਲ ਬਿਲਕੁਲ ਹੈ ਨਾ ਹੁਣ ਜੇਕਰ ਵੀ ਕੋਈ ਕਵੀ ਕਿਦਰਾ ਇੰਟਰਨੈਸ਼ਨਲ ਕਮੀਡੀਅਨ ਕੋਨਾ ਹੈ ਤੇ ਮੈਂ ਅਮਾਨ ਸਾਹਿਬ ਨੂੰ ਬਹੁਤ ਸੋਹਣਾ ਹੈ ਅਮਾਨ ਸਾਹਿਬ ਦੀਆਂ ਪੁਰਾਣੀਆਂ ਹੁਣ ਇਸ ਦੁਨੀਆ 'ਚ ਨਹੀਂ ਰਹੇ ਹਮ ਉਹਨਾਂ ਦੀ ਕਾਮੇਡੀ ਤੇ ਉਹਨਾਂ ਦੀਆਂ ਇੰਟਰਵਿਊਜ਼ ਹਮ ਉਹਨਾਂ ਦਾ ਜ਼ਿੰਦਗੀ ਜੀਣ ਦਾ ਤਰੀਕਾ ਮੈਨੂੰ ਉਹ ਬਹੁਤ ਹੀ ਲੱਗਦਾ ਤੋ ਅਮਿਤ ਟੰਡਨ ਸਰ ਐਂਡ ਆਪਣੇ ਅਮਾਨੁੱਲਾ ਖਾਨ ਸਾਹਿਬ बाकी जाकिर खान साहब बहुत अच्छा कर रहे हैं वो लीजेंड हैं अनुभव सिंह बस्सी जसप्रीत सिंह मतलब ए ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਸਿੰਗਲ ਬੰਦੇ ਤੇ ਇਨਸਪਾਇਰ ਹੋ ਕੇ ਤੇ ਉਸੇ ਟ੍ਰੈਕ ਤੇ ਚੱਲਣਾ ਆਪਾਂ ਮਾਰਕੀਟ ਚ ਅਲੱਗ-ਅਲੱਗ ਵਰਜ਼ਨ ਦੇਖਦੇ ਆਂ ਕਿ ਹਰ ਕਿਸੇ ਤੋਂ ਕੁਝ ਨਵਾਂ ਸਿੱਖਣਾ ਮਿਲਦਾ ਤੇ ਇਹ ਜਿੰਨੇ ਵਧੀਆ ਪਰਫਾਰਮਰ ਨੇ ਓਨੇ ਹੀ ਵਧੀਆ ਇਨਸਾਨ ਨੇ ਸਾਰੇ ਮੈਨੂੰ ਕਦੀ ਵੀ ਮੈਂ ਬਹੁਤ ਹਜੇ ਮੈਂ ਬਹੁਤ ਕੰਮ ਕਰਨਾ ਹੈ ਬਹੁਤ ਜ਼ਿਆਦਾ ਕੰਮ ਕਰਨਾ ਹੈ ਹਜੇ ਐਨਾ ਕੰਮ ਮੈਂ ਕੀਤਾ ਨਹੀਂ ਬਟ ਜਿੰਨਾ ਵੀ ਮੈਂ ਕੰਮ ਕੀਤਾ ਮੈਨੂੰ ਇਹਨਾਂ ਨੇ ਬਹੁਤ ਸਪੋਰਟ ਕੀਤਾ ਬਹੁਤ ਜ਼ਿਆਦਾ ਜਿੱਦਾਂ ਕਹਿੰਦੇ ਨਾ ਕਿ ਇੱਕ ਇੰਡਸਟਰੀ ਦੇ ਵਿੱਚ ਇੱਕ ਲੋਕ ਨੂੰ ਅੱਗੇ ਜਾਣ ਤੋਂ ਰੋਕਿਆ ਜਾਂਦਾ ਹੈ ਏਟ ਇੰਡਸਟਰੀ즈 ਨਹੀਂ ਹੈ ਮੈਂ ਐਸੀ ਦੀ ਗੱਲ ਕਰਨ ਲੱਗੀ ਸੀ ਵੀ ਹਰ ਇੰਡਸਟਰੀ 'ਚ ਹੁੰਦਾ ਜੈਲਸੀ ਐਨਿਮੋਸਿਟੀ ਹਰ ਇੰਡਸਟਰੀ 'ਚ ਹੁੰਦੀ ਹੈ ਪ੍ਰਾਈਵੇਟ ਸੈਕਟਰ ਗਵਰਨਮੈਂਟ ਸੈਕਟਰ 'ਚ ਕਿਤੇ ਨਾ ਕਿਤੇ ਤੁਹਾਡੇ ਨਾਲ ਇਦਾਂ ਦਾ ਕੋਈ ਐਕਸਪੀਰੀਅੰਸ ਮੇਰੇ ਨਾਲ ਕਦੀ ਕਦੀ ਮੈਂ ਮੈਂ ਵੀ ਕਹਾਂ ਮੇਰੇ ਨਾਲ ਕਦੀ ਨਹੀਂ ਹੋਇਆ ਕਿ ਮੈਨੂੰ ਕਦੀ ਕਿਸੇ ਤੋਂ ਲੱਗਾ ਹੀ ਨਹੀਂ ਕਿ ਇਸ ਬੰਦੇ ਤੋਂ ਮੈਨੂੰ ਇਨਸਿਕਿਉਰਿਟੀ ਆ ਜਾਂ ਕਿਸੇ ਨੂੰ ਜਾਂ ਕਿਸੇ ਨੂੰ ਤੁਹਾਡੇ ਤੋਂ ਆ ਹਾਂ ਮਤਲਬ ਮੈਨੂੰ ਨਹੀਂ ਬਸ ਸਟੇਜ ਵੀ ਸ਼ੇਅਰ ਕੀਤਾ ਤਾਂ ਵਧੀਆ ਵਾਈਬ ਸੀ ਸਾਰਿਆਂ ਨਾਲ ਕੀਤਾ ਵਧੀਆ ਅੱਛੇ ਲਿੰਕਸ ਨੇ ਯਾਰ ਮੇਰੇ ਨਾਲ ਤੁਸੀਂ ਮੰਨੋ ਕਿ ਇਹ ਆਰਟਿਸਟ ਮੇਰੇ ਨਾਲ ਮੋਟਰਸਾਈਕਲ ਤੇ ਘੁੰਮੇ ਆ ਯਾਰ ਕਾਰਾਂ 'ਚ ਘੁੰਮਣ ਵਾਲੇ ਬੰਦੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਤੁਸੀਂ ਅੰਗਰੇਜ਼ੀ ਦੀ ਗੱਲ ਕਰ ਰਹੇ ਸੀਗੇ ਬਹੁਤ ਘੱਟ ਆਰਟਿਸਟ ਹੈਗੇ ਆ ਜਿਹੜੀ ਆਪਣੀ ਨੇਟਿਵ ਲੈਂਗੁਏਜ 'ਚ ਹਨਾ ਡਿਲੀਵਰ ਕਰਦੇ ਆ ਆਪਣਾ ਕੰਟੈਂਟ ਤੋਂ ਡਾ ਮੈਕਸਿਮਮ ਪੰਜਾਬੀ ਚ ਹੁੰਦਾ ਮੈਂ ਦੇਖਿਆ ਕਦੇ ਇਦਾਂ ਹੋਇਆ ਵੀ ਕਿਤੇ ਗਏ ਹੋ ਤੁਸੀਂ ਪੰਜਾਬ ਤੋਂ ਬਾਹਰ ਪਰਫਾਰਮ ਕਰ ਰਹੇ ਹੋ ਤਾਂ ਆਡੀਅנס ਚ ਕਈਆਂ ਨੂੰ ਸਮਝ ਹੀ ਨਹੀਂ ਆ ਰਿਹਾ ਤੁਸੀਂ ਕੀ ਕਹਿ ਰਹੇ ਹੋ ਰਿਸਪੌਂਸ ਨਹੀਂ ਮਿਲ ਰਿਹਾ ਉਦਾਂ ਦਾ ਨਹੀਂ ਇਸ ਤਰ੍ਹਾਂ ਕਿਉਂਕਿ ਆਡੀਅנס ਨੂੰ ਪਤਾ ਹੈ ਕਿ ਪੰਜਾਬੀ ਚ ਕਰਦਾ ਮੈਂ ਵੈਸੇ ਹਿੰਦੀ ਚ ਪਰਫਾਰਮ ਕਰਨਾ ਕਾਰਪੋਰੇਟ ਸ਼ੋਅ ਹਿੰਦੀ ਸ਼ ਹੀ ਰਹਿੰਦੇ ਨੇ ਬਟ ਮੈਂ ਇਸ ਕਰਕੇ ਪੰਜਾਬੀ ਚ ਕਰਦਾ ਕਿਉਂਕਿ ਮੇਰੀ ਪਕੜ ਹੈ ਪੰਜਾਬੀ ਚ ਤੁਸੀਂ ਵੀ ਤੁਸੀਂ ਅਗਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਹਿੰਦੀ ਚ ਕੋਈ ਚੀਜ਼ ਪਰਫਾਰਮ ਕਰਨੀ ਹੈ ਤੁਸੀਂ ਉਹ ਜਿਹੜਾ ਰਾਈਟ ਡਾਊਨ ਕਰੋਗੇ ਨਾ ਤੁਸੀਂ ਇਹਨੂੰ ਪਹਿਲੇ ਪੰਜਾਬੀ ਵਿੱਚ ਕਰੋਗੇ ਹਾਂ ਕੋਈ ਵੀ ਰਾਈਟਰ ਆ ਦੁਨੀਆ ਦਾ ਉਹਨੂੰ ਫਿਰ ਉਹ ਟਰਾਂਸਲੇਟ ਕਰੇਗਾ ਹਿੰਦੀ ਦੇ ਵਿੱਚ ਤੇ ਮੇਰੀ ਜਿਹੜੀ ਪਕੜ ਆ ਪੰਜਾਬੀ ਚ ਆ ਤੇ ਜਿਹੜੇ ਲੋਕ ਸੁਣ ਸੁਣ ਆਂਦੇ ਨੇ ਤੁਸੀਂ ਵੀ ਮੇਰਾ ਸ਼ੋਅ ਅਟੈਂਡ ਕੀਤਾ ਹੀ ਐ ਬਹੁਤ ਸਾਰੇ ਉਹ ਸ਼ੋਅ ਦੇ ਵਿੱਚ ਜਿਸਨੂੰ ਫ੍ਰੀ ਚ ਕੀਤਾ ਬਹੁਤ ਸਾਰੇ ਇਹ ਮੈਂ ਦਸਰਾ ਨਹੀਂ ਤੁਸੀਂ ਜਾਣ ਕੇ ਕਹਿਤਾ ਤੇ ਦੇਖੋ ਉਸ ਦਿਨ ਉਹ ਜਿਹੜਾ ਲਾਸਟ ਸ਼ੋਅ ਤੁਸੀਂ ਅਟੈਂਡ ਕੀਤਾ ਜਿਹੜਾ ਪਰ ਰਿਕਾਰਡ ਵੀ ਕੀਤਾ ਜਿਸ ਵਿੱਚ ਮੈਂ ਸੇਮ ਸ਼ਰਟ ਪਾਈ ਹੋਈ ਸੀ ਤੇ ਉਹਦੇ ਵਿੱਚ ਵੀ ਮੈਕਸੀਮਮ ਆਡੀਅנס ਸਾਰੀ ਪੰਜਾਬੀ ਟਾਰਗੇਟ ਆਡੀਅנס ਡੀ ਹੋਤਾ ਦੀ ਹੈ ਤਾਂ ਕੋਈ ਆਡੀਅנס ਜਿੰਨਾ ਸਾਨੂੰ ਹੁੰਦਾ ਟਾਰਗੇਟ ਆਡੀਅנס ਪੰਜਾਬੀ ਰਵੇ ਉਹਨਾਂ ਆਡੀਅנס ਨੂੰ ਵੀ ਪਤਾ ਹੈ ਮੈਂ ਕਿਹਨੂੰ ਸੁਣਾਂ ਸਭ ਤੋਂ ਬੈਸਟ ਚੀਜ਼ ਇਟਸ ਨਾਟ ਪੰਜਾਬੀ ਨਾਟ ਹਿੰਦੀ ਨਾਟ ਇੰਗਲਿਸ਼ ਜੋ ਮੈਨੂੰ ਬੈਸਟ ਲੱਗਦੀ ਹੈ ਕਿ ਆਡੀਅנס ਨੂੰ ਹੀ ਪਤਾ ਕਿ ਕਲੀਨ ਕਰ ਕਲੀਨ ਕਰਦਾ ਐਕਚੁਅਲੀ ਹਾਂ ਇਹ ਜਿਆਦਾ ਜਿਹੜੀ ਚੀਜ਼ ਆ ਉਹ ਮਾਈਨਰ ਰੱਖਦੀ ਹੈ ਕਿ ਦੇਖੋ ਮੈਂ ਆਪਣੇ ਪਾਪਾ ਨੂੰ ਨਾਲ ਲੈ ਕੇ ਆਇਆ ਦੇਖੋ ਮੰਮੀ ਨੂੰ ਲੈ ਕੇ ਆਇਆ ਮੈਨੂੰ ਇੱਕ ਬੰਦੇ ਨੇ ਆਸਟ੍ਰੇਲੀਆ ਤੋਂ ਮੈਸੇਜ ਕੀਤਾ ਕਿ ਮੈਂ ਤਾਂ ਇੱਥੇ ਬੈਠਾ ਬਸ ਮੇਰੇ ਮੰਮੀ ਪਾਪਾ ਦੋਨੋਂ ਆਣ ਕੇ ਮਨੋਂ ਟਿਕਟਸ ਕਰਾਤੀਆਂ ਇਹ ਚੀਜ਼ ਮੈਨੂੰ ਜਿਆਦਾ ਵਧੀਆ ਲੱਗਦੀ ਹੈ ਕਿ ਇਸੇ ਗੱਲ ਤੇ ਮੈਂ ਆਉਣ ਲੱਗੀ ਸੀ ਵੀ ਮੈਂ ਜ਼ਿਆਦਾਤਰ ਸ਼ੋਜ਼ ਤੁਹਾਡੇ ਜੀ ਭਾਵੇਂ ਵਰਚੂਅਲੀ ਜਿਵੇਂ ਮੈਂ YouTube ਤੇ ਦੇਖੇ ਆ ਜਾਂ ਮੈਂ ਲਾਈਵ ਕਰਦਿਆਂ ਦੇ ਨਾਲ ਦੇਖਿਆ ਤੇ ਇਸੇ ਚੀਜ਼ ਤੇ ਮੈਂ ਆਉਣਾ ਚਾਹੂੰਗੀ ਮੈਕਸਿਮਮ ਤੁਹਾਡਾ 95% 99% ਕੰਟੈਂਟ ਜਿਹੜਾ ਹੁੰਦਾ ਤੁਸੀਂ ਪਹਿਲੇ ਮੈਨੂੰ ਉਹ 1% ਦੱਸੋ ਕੀ ਸੁਣਿਆ ਪਈਆਂ ਉਹ ਜਿਹੜਾ ਮੈਂ ਕੱਟਣਾ ਉਹ ਇਦਾਂ 1% ਤੁਹਾਡੇ ਵੱਲੋਂ ਨਹੀਂ ਹੁੰਦਾ ਕਈ ਵਾਰੀ ਆਡੀਅנס ਇੰਟਰੈਕਸ਼ਨ ਹੋ ਜਾਂਦੀ ਹੈ ਥੈਟ ਇਜ਼ ਵੈਰੀ ਓਕੇ ਉਹ ਇੰਨਾ ਕ ਚੱਲਦਾ ਹੈ। ਦੇਖੋ ਨਾ ਜਿਹੜਾ ਬੰਦਾ ਆਪਣੇ ਤੇ ਕੰਮ ਕਰਦਾ ਹੋਵੇ ਉਹਨੂੰ ਅਛਾਈ ਨਾਲ ਮਤਲਬ ਨਹੀਂ ਉਹਨੂੰ ਇਹ ਕਿ ਮੈਂ 5% ਕਿਥੇ ਵੀਕ ਹੋ ਰਿਹਾ ਤੁਸੀਂ ਜਦੋਂ ਇਹ ਆਪਾਂ ਖਤਮ ਕਰ ਲਾਂਗੇ ਜਿਹੜਾ ਉਹ 5% ਮਨਪ੍ਰੀਤ ਜੀ ਹੋਗਾ ਵੀ ਨਾ ਜਿਨ੍ਹਾਂ ਨੂੰ ਮੈਂ ਤੁਹਾਨੂੰ ਜਾਣਦੀਆਂ ਜਿਨ੍ਹਾਂ ਨੇ ਮੈਂ ਤੁਹਾਡੇ ਸ਼ੋਅਸ ਦੇਖਿਆ ਉਹ ਹੋ ਵੀ ਜਾਊਗਾ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਉਹ ਹਾਸਾ ਵੀ ਪੈ ਜਾਣਾ ਤਾਂ ਕੋਈ ਆਫੈਂਡ ਵੀ ਨਹੀਂ ਹੋਊਗਾ ਮੇਨਲੀ ਕਾਮੇਡੀ ਉਹਦਾ ਦੀ ਹੁੰਦੀ ਹੈ ਜਾਂ ਤੁਹਾਡੀ ਫਿਜ਼ੀਕਲ ਕਾਮੇਡੀ ਹੁੰਦੀ ਹੈ ਤੁਹਾਡੀ ਐਕਸਪ੍ਰੈਸ਼ਨਸ ਇਦਾਂ ਦੇ ਹੁੰਦੇ ਆ ਬੰਦੇ ਰਿਲੇਟ ਕਰ ਸਕਦੇ ਆ ਪਰ ਜਨਰਲੀ ਮੈਂ ਇਸ ਇੰਡਸਟਰੀ ਚ ਹੁਣ ਦੇਖਿਆ ਹਨਾ ਵੀ ਆਪਾਂ ਕਿਸੇ ਨੂੰ ਬਲੇਮ ਨਹੀਂ ਕਰਦੇ ਹਰ ਕਿਸੇ ਦਾ ਆਪਣਾ ਸਟਾਈਲ ਹੁੰਦਾ ਹਨਾ ਤੇ ਜ਼ਿਆਦਾਤਰ ਇਹ ਹੁੰਦਾ ਵੀ ਮਾਇਨੇ ਲਾਫਟਰ ਦੇ ਬਦਲ ਗਏ ਨੇ ਇੰਟਰੈਕਸ਼ਨ ਹੁੰਦਾ ਉਹਦੇ ਚ ਆਪਾਂ ਅਬਿਊਸਿਵ ਲੈਂਗੁਏਜ ਯੂਜ਼ ਕਰ ਜਾਂਦੇ ਆ ਡਬਲ ਮੀਨਿੰਗ ਗੱਲਾਂ ਕਰ ਜਾਂਦੇ ਆ ਤੇ ਉਦਾਂ ਦੀ ਟਾਰਗੇਟ ਆਡੀਅנס ਹੁੰਦੀ ਆ ਉਹਨਾਂ ਦੀ ਯੰਗਸਟਰਸ ਹੁੰਦੇ ਆ ਉਹਨਾਂ ਨੂੰ ਅੱਛਾ ਲੱਗਦਾ ਸਾਰਾ ਕੁਝ ਤੁਹਾਨੂੰ ਲੱਗਦਾ ਪਰਸਨਲੀ ਵੀ ਆਪਣੀ ਕਾਮੇਡੀ ਅਜ਼ਾਜ਼ਰ ਹੈਡ ਕਰਨ ਲਈ ਜਾਂ ਗਲੋਬਲ ਹੋਣ ਲਈ ਇਸ ਚੀਜ਼ ਦੀ ਜ਼ਰੂਰਤ ਆ ਬਿਕਾਜ਼ ਮੈਂ ਤੁਹਾਨੂੰ ਬਹੁਤ ਘੱਟ ਦੇਖਿਆ ਸਾਰਾ ਕੁਝ ਕਰਦੇ ਹੋਏ ਮੇਰੇ ਹਿਸਾਬ ਨਾਲ ਲੋਡ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਤੁਸੀਂ ਫਸ ਜਾਂਦੇ ਹੋ ਹੂੰ ਉਹਦਾ ਕਾਰਨ ਇਹ ਹੈ ਕਿ ਅਗਰ ਦੇਖੋ अगर सचिन तेंदुलकर या विराट कोहली ग्राउंड 'ਚ ਖੇਡ ਰਿਹਾ ਹੈ ਉਹਨੂੰ ਆਪਣੀ ਹਰ ਬਾਲ ਦਾ ਪਤਾ ਹੈ ਕਿ ਇਸ ਬਾਲ ਨੂੰ ਮੈਂ ਕਿਸ ਤਰ੍ਹਾਂ ਹੈਂਡਲ ਕਰਨਾ ਹੈ। ਹਮਮ। ਅਗਰ ਉਹ ਦੇਖੋ ਇੱਕ ਹੀ ਤਰ੍ਹਾਂ ਦੀ ਸ਼ਾਟ ਹੋਏਗੀ ਉਹ ਹਰ ਬਾਲ ਤੇ ਇੱਕ ਹੀ ਤਰ੍ਹਾਂ ਦੀ ਸ਼ਾਟ ਨਹੀਂ ਮਾਰ ਸਕਦਾ। ਉਹ ਕਿਤਨਾ ਕਿਤੇ ਇਸ ਚਾਂਸੇਜ਼ 'ਚ ਖੁਦ ਹੀ ਫਸ ਜਾਂਦੇ ਨੇ ਬਟ ਮੈਂ ਇਹ ਕਹਿੰਦਾ ਕਿਉਂਕਿ ਪਤਾ ਨਹੀਂ ਮੈਨੂੰ ਲੱਗਦਾ ਹੈ ਇਸ ਤਰ੍ਹਾਂ ਕਿ ਤੁਸੀਂ ਇਸ ਚੀਜ਼ ਨਾਲ ਐਗਰੀ ਕਰੋਗੇ ਨਾ ਕਰੋਗੇ ਕਿ ਕਿਤਨਾ ਕਿਤੇ ਇਹ ਵੀ ਇੱਕ ਜਨਰ ਬਣ ਗਿਆ ਹੈ। ਹਮਮ। ਹਣਾ ਹੂੰ ਹੂੰ ਜੇਕਰ ਪਿੱਛੇ ਜੇ ਗੱਲ ਉੱਠੀ ਸੀ ਨਾ ਕਿ ਹਨੀ ਸਿੰਘ ਗੰਦੇ ਗਾਣੇ ਗਾਉਂਦਾ ਹੈ ਉਹਦੇ ਗਾਣਿਆਂ ਦੇ ਸੁਣਦੇ ਸੀ ਲੋਕੀ ਤਾਂ ਪਰ ਹਨੀ ਸਿੰਘ ਨਹੀਂ ਗਿਆ ਕਹਿੰਦਾ ਮੈਂ ਕੀ ਕਰਾਂ ਲੋਕੀ ਸੁਣ ਰਿਹਾ ਤੁਸੀਂ ਉਹ ਚੀਜ਼ ਨਾ ਸੁਨੋ ਹੂੰ ਸੋ ਕਿਤੇ ਨਾ ਕਿਤੇ ਆਰਟਿਸਟ ਨੂੰ ਵੀ ਲੱਗਦਾ ਕਿ ਅਗਰ ਮੈਂ ਕਰ ਰਿਹਾ ਤੇ ਉਹਨਾਂ ਨੂੰ ਮਜ਼ਾ ਆ ਰਿਹਾ ਬਟ ਜੋ ਮੇਰੀ ਪਰਸਨਲ ਥਿੰਕਿੰਗ ਮੈਂ ਕਿਸੇ ਬਾਰੇ ਕੀ ਦੱਸਾਂ ਕਿ ਕਿਉਂਕਿ ਮਾਰਕੀਟ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਚੀਜ਼ ਵਿਕਦੀ ਹੈ ਬਿਕਰੀ ਹੈ ਬਟ ਮੈਂ ਨਹੀਂ ਕਰ ਪਾਉਂਗਾ ਕਿਉਂਕਿ ਜਿਹੜੀ ਚੀਜ਼ ਮੈਂ ਆਪਣੀ ਫੈਮਲੀ ਨਾਲ ਬੈਠ ਕੇ ਕੰਫਰਟੇਬਲ ਨਹੀਂ ਹੈ ਨਾ ਕਿ ਮੈਂ ਆਪਣੇ ਘਰ ਦੇ ਨਾਲ ਬੈਠ ਕੇ ਉਹ ਚੀਜ਼ ਸੁਣਾ ਜਾਂ ਦੇਖਾਂ ਮੈਂ ਸੁਣਾ ਵੀ ਨਹੀਂ ਸਕਦਾ ਤੇ ਸ਼ਾਇਦ ਮੈਂ ਨਹੀਂ ਸੁਣਾ ਪਾਉਂਗਾ ਤੇ ਕੈਰੀਅਰ ਖਤਮ ਹੋ ਜਾਵੇ ਜਿਸੋਂ ਉਹ ਮਤਲਬ ਮੈਨੂੰ ਕੋਈ ਪਿਕਨ ਚੂਜ਼ ਲਾਵੇ ਕਿ ਤੂੰ ਆ ਕਰਨਾ ਵਾ ਨਹੀਂ ਤੇ ਉਸ ਤੋਂ ਬਾਅਦ ਕੁਝ ਆਪਸ਼ਨ ਨਹੀਂ ਫਿਰ ਵੀ ਨਹੀਂ ਕਰਾਂਗਾ ਮੈਂ ਕੰਫਰਟੇਬਲ ਨਹੀਂ ਹਾਂ ਕੰਫਰਟੇਬਲ ਨਹੀਂ ਹਾਂ ਬਾਕੀ ਜਿਹੜੇ ਕਰ ਰਹੇ ਆ ਉਹ ਠੀਕ ਨੇ ਕੋਈ ਗੱਲ ਨਹੀਂ ਜੋ ਜਿਹਨੂੰ ਜੋ ਪਸੰਦ ਆ ਕਰੇ ਹਾਂ ਠੀਕ ਹੈ ਚਮਨਪ੍ਰੀਤ ਜੀ ਜਿਹੜੀ ਮੈਟਰੋ ਸਿਟੀਆਂ ਹੈਗੀਆਂ ਹਨਾ ਉੱਥੇ ਕਾਮੇਡੀ ਆਲਰੇਡੀ ਐਸਟੈਬਲਿਸ਼ਡ ਹੈ ਸਟੈਂਡ ਅਪ ਕਾਮੇਡੀ ਪੰਜਾਬ ਚ ਲੋਕਾਂ ਨੂੰ ਆਦਤ ਹੈ ਜ਼ਿਆਦਾਤਰ ਕਾਮੇਡੀ ਪਿਕਚਰਾਂ ਚ ਦੇਖਣ ਦੀ ਹਨਾ ਜਾਂ ਮਿਊਜ਼ਿਕ ਵੀਡੀਓ ਹੋਏ ਜਾਂ ਫਿਲਮਾਂ ਚ ਹੋਏ ਇੱਥੇ ਕੀ ਸੀ ਨਾ ਤੁਹਾਡੇ ਹਿਸਾਬ ਨਾਲ ਉਹ ਥੋੜਾ ਸਮਝਾਓ ਸਾਨੂੰ ਕਿਵੇਂ ਅਪਗ੍ਰੇਡ ਹੋ ਰਿਹਾ ਹੈ ਕਾਮੇਡੀ ਲੈਵਲ ਇੱਥੇ ਕਾਮੇਡੀ ਲੈਵਲ ਮੈਨੂੰ ਬੜੀ ਖੁਸ਼ੀ ਹੋ ਰਹੀ ਕਿ ਕਾਮੇਡੀ ਲੈਵਲ ਇੱਥੇ ਬਹੁਤ ਵਧੀਆ ਅਪਗ੍ਰੇਡ ਹੋ ਰਿਹਾ ਹੈ ਚੰਡੀਗੜ੍ਹ ਤੇ ਪੰਜਾਬ ਦਾ ਹੱਬ ਬਣ ਰਿਹਾ ਫੋਰਥ ਸਟੈਂਡ ਅਪ ਕਾਮੇਡੀ ਕਾਮੇਡੀ ਦੇ ਅਲੱਗ-ਅਲੱਗ ਵਰਜ਼ਨ ਜਿਦਾ ਆਪਾਂ ਕਹਿ ਲੈਨੇ ਆ ਕਿ ਮਿਮਿਕਰੀ ਇਜ਼ ਅ ਪਾਰਟ ਆਫ ਕਾਮੇਡੀ ਸਟੈਂਡ ਅਪ ਇਜ਼ ਅ ਪਾਰਟ ਆਫ ਕਾਮੇਡੀ ਐਕਟ ਇਜ਼ ਅ ਪਾਰਟ ਆਫ ਕਾਮੇਡੀ ਬਟ ਸਟੈਂਡ ਅਪ ਜਿਹੜਾ ਨੀ ਸਰ ਜਸਪਾਲ ਪੱਟੀ ਸਰ ਸੀ ਉਹਨਾਂ ਦੇ ਅਲੱਗ-ਅਲੱਗ ਗਿਗਸ ਹੁੰਦੇ ਸੀ ਬਿਲਕੁਲ ਹਣਾ ਸਟੈਂਡ ਅਪ ਵੀ ਕਰ ਰਹੇ ਨੇ ਉਹ ਚਾਰ ਜਣੇ ਮਿਲ ਕੇ ਸੈਟਾਇਰਿਕਲ ਕਾਮੇਡੀ ਵੀ ਕਰ ਰਹੇ ਨੇ ਹੁਣ ਜਿਹੜਾ ਜਨਰ ਹੈ ਉਹ ਹੈ ਸਟੈਂਡ ਅਪ ਕਾਮੇਡੀ ਤੁਸੀਂ ਇਕੱਲੇ ਖੜੇ ਹੋ ਤੁਸੀਂ ਆਪਣੀ ਲਾਈਫ ਦੀਆਂ ਗੱਲਾਂ ਜਿੱਦਾਂ ਤੁਸੀਂ YouTube ਵੀਡੀਓ ਚ ਦੇਖਦੇ ਹੋ ਤੇ ਇਹ ਲੈ ਕੇ ਆਣਾ ਤੇ ਲੋਕਾਂ ਨੂੰ ਕਹਿਣਾ ਕਿ ਆਓ ਦੇਖਣ ਹਣਾ ਥੋੜਾ ਜਿਹਾ ਔਖਾ ਤੇ ਸੀਗਾ ਪਰ ਹੁਣ ਚੰਡੀਗੜ੍ਹ ਦੇ ਵਿੱਚ ਤਾਂ ਇਹ ਬਹੁਤ ਵਧੀਆ ਚੱਲ ਰਿਹਾ ਜਿਹੜੀ ਜਗ੍ਹਾ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਲਾਫ ਕਲੱਬ ਜੀ ਇਹ ਸਪੈਸੀਫਿਕ ਕਾਮੇਡੀ ਵਾਸਤੇ ਆ ਜੀ ਇੱਥੇ ਲੋਕੀ ਆਉਂਦੇ ਆ ਕਾਮੇਡੀਅਨ ਨੂੰ ਦੇਖਣ ਆਉਂਦੇ ਆ ਸੈਟਅਪ ਪ੍ਰੋਪਰ ਉਸੇ ਤਰੀਕੇ ਨਾਲ ਬਣਿਆ ਹੋਇਆ ਹੈ ਤੇ ਚੰਡੀਗੜ੍ਹ ਤੇ ਮੈਂ ਕਹਿੰਦਾ ਕਿ ਹੱਬ ਬਨਣਾ ਸ਼ੁਰੂ ਹੋ ਗਿਆ ਹੈ ਮਤਲਬ ਆਡੀਅנס ਬਿਲਡ ਅਪ ਹੋ ਰਹੀ ਹੈ ਪੂਰੀ ਹੈ ਆਡੀਅנס ਇੰਟਰਸਟ ਲੈ ਰਹੀ ਹੈ ਟਿਕਟਾਂ ਵਿਕ ਰਹੀਆਂ ਨੇ ਤੇ ਇਹ ਵਧੇਗਾ ਹੀ ਘਟੇਗਾ ਨਹੀਂ ਮੈਂ ਕਹਿੰਨਾ ਕਿ ਆਰਟਿਸਟ ਨੂੰ ਵੱਡਾ ਨਾ ਕਰੋ ਤੁਸੀਂ ਆਰਟ ਨੂੰ ਇੰਨਾ ਵੱਡਾ ਕਰ ਦੋ ਕਿ ਸਾਰੇ ਆਰਟਿਸਟ ਆਪਣੇ ਆਪ ਹਟੇ ਹੋ ਜਾਣ ਆਰਟ ਤੇ ਆਰਟਿਸਟ ਦੀ ਤੁਸੀਂ ਗੱਲ ਕੀਤੀ ਹੈ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਹਿਸਾਬ ਨਾਲ ਪੁੱਛਾਂਗੀ ਆਰਟਿਸਟ ਲਈ ਕੀ ਜ਼ਿਆਦਾ ਇੰਪੋਰਟੈਂਟ ਹੈ ਪੈਸਾ ਕਮਾਉਣਾ ਜਾਂ ਆਰਟ ਡਿਲੀਵਰ ਕਰਨਾ ਦੋਨੋਂ ਚੀਜ਼ਾਂ ਦੋਨੋਂ ਚੀਜ਼ਾਂ ਦੇਖੋ ਦੋ ਤਰ੍ਹਾਂ ਦੇ ਲੋਕ ਮਿਲਣਗੇ ਤੁਹਾਨੂੰ ਇੱਕ ਹੁੰਦੇ ਜਿਨ੍ਹਾਂ ਲਈ ਸਟੈਂਡ ਅਪ ਕਾਮੇਡੀ ਭੰਗੜਾ ਗਿੱਧਾ ਜਾਂ ਕੁਝ ਵੀ ਆਰਟ ਫਾਰਮ ਹੈ ਉਹ ਹੈ ਹੌਬੀ ਹੂੰ ਦੂਸਰੇ ਉਹ ਨੇ ਜਿੰਨਾਂ ਲਈ ਰੋਟੀ ਰੋਟੀ ਹੈ ਤੁਸੀਂ ਪਹਿਲੇ ਇਹ ਦੇਖੋ ਕਿ ਤੁਸੀਂ ਇਹ ਤੋਂ ਹੌਬੀ ਬਣਾਣੀ ਹੈ ਕਿ ਇਹ ਤੋਂ ਰੋਟੀ ਬਣਾਣੀ ਹੈ ਹੂੰ ਬਟ ਜਿਹੜੇ ਲੋਕਾਂ ਲਈ ਆਰਟ ਇੱਕ ਹੌਬੀ ਹੈ ਨਾ ਉਹ ਪਲੀਜ਼ ਲੋਕਾਂ ਦਾ ਰੇਟ ਨਾ ਖਰਾਬ ਕਰੋ ਸਮਝ ਰਹੇ ਹੋ ਤੁਸੀਂ ਤੁਸੀਂ ਸ਼ਾਇਦ ਇਸ ਗੱਲ ਨੂੰ ਬੜੇ ਆਰਾਮ ਨਾਲ ਸਮਝ ਸਕੋਗੇ ਜਿੱਥੇ ਮੈਨੂੰ ਪੈਸੇ ਮਿਲ ਰਹੇ ਆ ਉੱਥੇ ਇੱਕ ਜੂਨੀਅਰ ਆਰਟਿਸਟ ਅੱਧੇ ਚ ਜਾਣ ਨੂੰ ਤਿਆਰ ਹੈ ਬਿਲਕੁਲ ਉਹਦੇ ਲਈ ਵੀ ਸਟਰਗਲ ਹੈ ਉਦੇ ਅੱਗੇ ਇੱਕ ਹੋਰ ਪੈਰਲਲ ਬੰਦਾ ਖੜਾ ਜਿਹੜਾ ਕਹਿੰਦਾ ਕਿ ਮੈਨੂੰ ਪੈਸੇ ਦੋ ਹੀ ਨਾ ਕਿਉਂਕਿ ਮੇਰੀ ਹੌਬੀ ਹੈ ਇਸ ਤੋਂ ਵੀ ਇਲਾਵਾ ਕੁਝ ਇਦਾਂ ਦੇ ਵੀ ਹੈਗੇ ਆ ਕਿ ਮੈਂ ਰਿਸਪੈਕਟ ਕਰਦੀ ਆ ਹਰ ਕਿਸੇ ਦੀ ਜਿਹੜੇ ਹੱਥੋਂ ਦੇ ਦਿੰਦੇ ਪੈਸੇ ਜਿਹੜੇ ਦੇਣ ਨੂੰ ਤਿਆਰ ਆ ਜੀ ਬਿਕਾਜ਼ ਜਿਹੜੇ ਮੈਂ ਮੇਰਾ ਏਰੀਆ ਹੈ ਹੈਨਾ ਵੀ ਆਪਾਂ ਜਜਮੈਂਟਸ 'ਚ ਜਾਂਦੇ ਰਹੇ ਆ ਜਾਂ ਆਪਾਂ ਕਿੱਦਾਂ ਭੰਗੜਾ ਸਿਖਾਉਂਦੇ ਰਹੇ ਆ ਕੁਝ ਸਾਰੀ ਉਮਰ ਆਪਾਂ ਉਹਨੂੰ ਬਿਕਾਜ਼ ਆ ਡਿਫਰੈਂਟ ਸੀਗੀ ਸਾਡੀ ਫੀਲਡ ਤਾਂ ਉਹਨੂੰ ਐਜ਼ ਅ ਹੌਬੀ ਲੈਂਦੇ ਰਹੇ ਜੀ ਜੀ ਤਾਂ ਹੁਣ ਜਿਵੇਂ ਆ ਹੁਣ ਸਾਡੀ ਲਾਈਵ ਤੇ ਸਟੇਜ ਇਦਾਂ ਦੀ ਵੀ ਸਾਡੇ ਕੋਲ ਨਾ ਟਾਈਮ ਹੈਗਾ ਬਹੁਤ ਜ਼ਿਆਦਾ ਸਾਡੀ ਰਿਸਪੌਂਸਿਬਿਲਟੀਜ਼ ਆ ਪਰ ਜਿਹੜੇ ਸਾਹਮਣੇ ਵਾਲੇ ਆ ਉਹ ਇਹ ਨਹੀਂ ਸਮਝਦੇ ਵੀ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਆ ਆਪ ਪ੍ਰੋਮੋਸ਼ਨ ਲਈ ਵੀ ਸਾਨੂੰ ਤੁਸੀਂ ਬੁਲਾ ਲੋਗੇ ਜਾਂ ਸਾਡੇ ਵੱਡੇ ਵੱਡੇ ਹੋਟਿੰਗਸ ਲਾ ਦੋ ਪੈਸੇ ਛੱਡੋ ਅਸੀਂ ਤੁਹਾਨੂੰ ਆਪ ਦੇਣ ਨੂੰ ਤਿਆਰ ਆ ਸੋ ਉਹਨਾਂ ਬਾਰੇ ਕੁਝ ਤੁਹਾਡੀ ਟਿੱਪਣੀ ਯਾਰ ਮਿਲਦੇ ਤੇ ਐ ਨਹੀਂ ਬਟ ਕਿਤਨਾ ਕਿਤਨਾ ਤੁਸੀਂ ਲੋਕ ਸਾਨੂੰ ਪਿੱਛੇ ਪਾ ਦਿੰਦੇ ਜਿਹੜੇ ਫ੍ਰੀ ਚ ਕੰਮ ਕਰਦੇ ਫ੍ਰੀ ਚ ਨਹੀਂ ਆਰਟ ਸਸਤਾ ਨਹੀਂ ਹੈ ਆਰਟ ਸਸਤਾ ਨਹੀਂ ਹੈ ਆਰਟ ਸਸਤਾ ਨਹੀਂ ਹੈ ਹਰ ਆਰਟ ਦੀ ਕਦਰ ਕਰਿਆ ਕਰੋ ਮੈਨੂੰ ਇੱਕ ਵਾਰੀ ਕਾਲ ਆਇਆ ਸੀ ਜਲੰਧਰ ਤੋਂ ਕਿਸੇ ਲੇਡੀ ਦਾ ਮੈਨੂੰ ਫੋਨ ਕੀਤਾ ਉਹਨੇ ਜਿਸ ਤਰ੍ਹਾਂ ਬੜੇ ਪ੍ਰੋਫੈਸ਼ਨਲੀ ਨਾ ਮਨਪ੍ਰੀਤ ਸਿੰਘ ਗੱਲ ਕਰ ਰਹੇ ਮੈਂ ਕਿ ਹਾਂ ਜੀ ਅਸੀਂ ਨਾ ਤੁਹਾਨੂੰ ਸ਼ੋਅ ਤੇ ਬੁਲਾਣਾ ਹਾਂ ਮਗਾ ਜੀ ਵਧੀਆ ਗੱਲ ਆ ਬੁਲਾਓ ਮੈਂ ਉਹ ਸ਼ਕੀਸ਼ ਸ਼ੋਅ ਹੈ ਜੀ ਕਹਿੰਦੇ ਕਰਵਾ ਚੌਦ ਦਾ ਕੋਈ ਇਵੈਂਟ ਹੈਗਾ ਮਗਾ ਚਲੋ ਠੀਕ ਹੈ ਜੀ ਮੈਨੂੰ ਕਹਿੰਦੇ ਵੀ ਆਪਾਂ ਦਾ ਬਹੁਤ ਪ੍ਰਮੋਟ ਕਰਨਾ ਤਾਂ ਮੈਂ ਕਹੇ ਤੇ ਬਹੁਤ ਵਧੀਆ ਗੱਲ ਆ ਅਸੀਂ ਨਾ ਤੁਹਾਡੇ ਹੋਰਡਿੰਗ ਲਵਾਣੇ ਆ ਮੈਂ ਕਹੇ ਇਹ ਤਾਂ ਹੋਰ ਵਧੀਆ ਗੱਲ ਆ ਅਸੀਂ ਨਾ ਤੁਹਾਨੂੰ ਸਟਾਰ ਹੀ ਬਣਾ ਦੇਣਾ ਤੇ ਮੈਂ ਤੇ ਆਪਣੇ ਘਰਦਿਆਂ ਨੂੰ ਕਿਹਾ ਵੀ ਆਉਣ ਆਪਾਂ ਕੋਠੀ ਲੈ ਹੀ ਲੈਣੀ ਟਾਈਮ ਆ ਗਿਆ ਹਾਂ ਕਹਿੰਦੇ ਵੀ ਆਪਾਂ ਤੁਹਾਨੂੰ ਸਟਾਰ ਬਣਾ ਦੇਣਾ ਤੇ ਮੈਂ ਕਹੇ ਠੀਕ ਹੈ ਜੀ ਸਾਰੀ ਗੱਲ ਹੋ ਗਈ ਆ ਉਹਨੇ ਮੈਨੂੰ ਟਾਈਮ ਹੀ ਦੱਸਦਾ 8:00 ਵਜੇ ਸ਼ੋਅ ਆ ਤੁਸੀਂ 8:00 ਵਜੇ ਪਹੁੰਚ ਜਾਇਓ ਮੈਂ ਕਹੇ ਜੀ ਪੈਸੇ ਹੂੰ ਕਹਿੰਦੇ ਪੈਸੇ ਤੇ ਨਹੀਂ ਆਪਾਂ ਦੇ ਸਕਦੇ मैं क्या मतलब इदा कि भी आप कहीं नहीं नहीं आप प्रमोशन करा तो होडिंग जी गल करिए आप लावे मैं क्या देखो मैं बिना पैसे तो काम तो करता नहीं है जी पैसे लिए ही मैं कम कर रहा मेरी ए, फुल टाइम जॉब आ कहती उस तो इलावा कुछ ऑप्शन है तो मैं क्या भी ना एक लिस्ट कापीपेन लो तो नोट कर लो मैं तुम्हें नोट करा दिना अरेज कर दो कापीपेन पढ़ लिया है मैं लिखो जी दस किलो आटा पांच किलो चौल लिख लो पाइया पत्ती कर लो ਦਾੜਾ ਮੈਂ ਕਿਹਾ ਮੈਂ ਪੁੱਛ ਲੈਣਾ ਕਿੰਨੀਆਂ ਖੋਰ ਚਾਹੀਦੀਆਂ ਕਹਿੰਦੀ ਮੈਂ ਸਮਝੀ ਨਹੀਂ ਮੈਂ ਕਿਹਾ ਦੇਖੋ ਜਿਹੜਾ ਤੁਸੀਂ ਮੈਨੂੰ ਪੈਸਾ ਦੇਣਾ ਹੈ ਨਾ ਮੈਂ ਔਰਤੋਂ ਘਰੇ ਰਾਸ਼ਨ ਨਹੀਂ ਲੈ ਕੇ ਜਾਣਾ ਇਹ ਸਹੀ ਗੱਲ ਹੈ ਹੈਨਾ ਤੇ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਪੈਸੇ ਪੈਸੇ ਨਹੀਂ ਦੇ ਸਕਦੀ ਫਿਰ ਤੂੰ ਬੀਬੀ ਰਾਸ਼ਨ ਦੇ ਦੇ ਮਨਪੀ ਜੀ ਕੱਲ ਸੋਚਿਆ ਸੀਗਾ ਕਿ ਮੇਰਨ ਬੈਗ ਮੇਰਨ ਬੈਗ ਇੰਟਰਵਿਊ ਦੋਗੇ ਉਹ ਤਾਂ ਹੈ ਹੀ ਹੈ ਚਲੋ ਬਟ ਲੱਕੀ ਯੂ ਮੈਂ ਸੋਚਿਆ ਹੀ ਨਹੀਂ ਜਦੋਂ ਮੈਨੂੰ ਕਿਹਾ ਸੀ ਨਾ ਕਿ ਨੋਰਮਲ ਸੋਚ ਲਿਆ ਕਦੇ ਸੋਚਿਆ ਸੀਗਾ ਵੀ ਇੰਨੀ ਸ਼ੋਹਰਤ ਮਿਲੂਗੀ ਟੈਲੈਂਟ ਦੀ ਇੰਨੀ ਬੁੱਕਦ ਪਊਗੀ ਸਕ੍ਰੈਚ ਲੈਵਲ ਤੇ ਬੰਦਾ ਆਇਆ ਯਾਰ ਨਹੀਂ ਇਹ ਨਹੀਂ ਮੈਂ ਸੋਚਿਆ ਸੀ ਮਤਲਬ ਇਹ ਮੇਰੇ ਲਈ ਹੈ ਸਾਰਾ ਹੀ ਅਨਐਕਸਪੈਕਟਿਡ ਹੈ ਤਾਂ ਹੀ ਮੈਨੂੰ ਮਜ਼ਾ ਆ ਰਿਹਾ ਹੈ ਨਾ ਤਾਂ ਹੀ ਮੈਨੂੰ ਲੱਗਦਾ ਹੈ ਕਿ ਅਨਪਲਾਨਡ ਹੈ ਸਾਰਾ ਕੁਝ ਪੂਰਾ ਕੁਝ ਅਨਪਲਾਨਡ ਅਜੇ ਮੈਂ ਤਾਂ ਹੀ ਮੈਂ ਪਲਾਨ ਹੀ ਨਹੀਂ ਕਰ ਰਿਹਾ ਕਿ ਜਿਦ ਤਰਾ ਅਨਪਲਾਨਡ ਇੰਨਾ ਵਧੀਆ ਹੈਗਾ ਤੇ ਤੇਰਾ ਪਲਾਨ ਕੀਤਾ ਤਾਂ ਇਹ ਬੇੜੇ ਕਰ ਨਹੀਂ ਨਹੀਂ ਫਿਰ ਬੇੜਾ ਕਰ ਕਾ ਕਿਉਂਕਿ ਮੈਨੂੰ ਪਤਾ ਨਹੀਂ ਮੈਂ ਇੰਗਲਿਸ਼ ਦਾ ਹੀ ਕਿਸੇ ਕੋਲ ਇਹ ਥਾਟ ਸੁਣਿਆ ਸੀ ਗੋਡ ਹੈਵ ਗੁੱਡ ਪਲਾਨ ਹਾਂ ਥਾਟ ਤੋਂ ਵਧੀਆ ਪਲਾਨ ਉਹ ਨਹੀਂ ਬਣਾਏ ਹੋਏ ਹਾਂ ਤੇ ਜੇ ਉਹਨੇ ਬਣਾਏ ਹੋਏ ਆ ਫਿਰ ਤੂੰ ਮਾਮਾ ਲੱਗਦਾ ਵਿੱਚ ਹਾਂ ਫਿਰ ਯਾਰ ਉਹ ਸੋਚ ਰਿਹਾ ਹੈ ਕਿ ਮੈਂ ਤੈਨੂੰ ਫੋਰਚੂਨਰ ਦੇਣੀ ਆ ਤੂੰ ਗਏ ਅੱਗੇ ਅਰਦਾਸ ਕਰ ਰਹੇ ਆ ਬਾਬਾਈ ਆਲਟੋ ਲੈ ਦੋ ਮੈਨੂੰ ਬਟ ਜੇਕਰ ਤੁਹਾਨੂੰ ਅਚਾਨਕ ਹੀ ਫੋਰਚੂਨਰ ਮਿਲ ਗਈ ਹੈ ਫਿਰ ਤੇ ਤੁਸੀਂ ਪਿੱਛੇ ੜ੍ਹ ਜਾਓ ਫਿਰ ਉਹ ਜੋ ਕਰ ਰਿਹਾ ਜੋ ਚਲ ਰਿਆ ਉਹ ਨੂੰ ਚੱਲਣ ਦੋ ਆਪਣੇ ਕਰਮ ਕਰੀ ਜਾਓ ਆਪਣੇ ਕਰਮ ਕਰੀ ਜਦੋਂ ਮੈਂ ਪਲਾਨ ਕਰ ਰਿਆ ਸੀ ਉਦੋਂ ਮੈਂ ਕੀ ਕਰ ਲਿਆ ਨੌਕਰੀ ਕਰ ਲੇ ਹਾਂ ਨਾ ਇੱਕ ਲਿਮਿਟਡ ਜੇ ਨੌਕਰੀ ਪਲਾਨਡ ਹੁੰਦੀ ਹੈ ਕਿਉਂਕਿ ਤੁਸੀਂ ਰੈਜ਼ਿਊਮੇ ਲੈ ਕੇ ਖੋਜ ਜਾਂਦੇ ਹੋ ਕਿ ਸਰ ਮੈਨੂੰ ਇਹ ਵਾਲੀ ਜੌਬ ਦੇ ਦਿਓ ਹੁਣ ਮੈਂ ਜਿਹੜੀ ਜੌਬ ਕਰ ਰਿਹਾ ਉਹ ਮੈਨੂੰ ਗੋਡ ਗਿਫਟਡ ਹੈ ਤੇ ਮੈਂ ਕਹਿੰਦਾ ਕਿ ਅੱਗੇ ਵੀ ਸਾਰਾ ਇਸੇ ਤਰ੍ਹਾਂ ਚੱਲਦਾ ਰਹੇ ਮੇਰੇ ਪਲਾਨ ਕੁਝ ਨਹੀਂ ਆਈ ਹੈਵ ਨੋ ਪਲਾਨ ਪਰ ਤੁਸੀਂ ਭੁੱਲਣਾ ਨਹੀਂ ਆ ਪਾਸਪੋਰਟ ਦਾ ਨੰਬਰ ਮੈਂ ਡਿਸਕ੍ਰਿਪਸ਼ਨ ਚ ਲਿਖ ਦਾਂਗਾ ਹੋਪ ਪਲੀਜ਼ ਮੇਰਾ ਮੇਰੀ ਮੇਰੀ ਬਹੁਤ तमन्ना ਹੈ ਕਿ ਮੈਂ ਬ੍ਰਮਨ ਜਾਵਾਂਗਾ ਮੁੰਡਾ ਕੈਨੇਡਾ ਜਾ ਕੇ ਹੀ ਰਹੂਗਾ ਮੈਂ ਜੀ ਮੈਂ ਮੇਰਾ ਨਾ ਸੁਪਨਾ ਹੈ ਕਿ ਮੈਂ ਬਰਫ਼ ਕੱਠੀ ਕਰਾਂ ਉੱਥੇ ਜਾ ਕੇ ਤੇ ਇਥੇ ਸ਼ਿਮਲਾ ਧਰਮਗੋਟਾਈ ਕਰਨ ਜਾਂਦਾ ਮੈਂ ਸਪੈਸ਼ਲੀ ਕੈਨੇਡਾਲੇ ਮੈਂ ਦੱਸ ਰਿਹਾ ਮੈਨੂੰ ਬਰਫ਼ ਕੱਠੀ ਕਰਨ ਦਾ ਬਹੁਤ ਐਕਸਪੀਰੀਅੰਸ ਹੈ ਮੈਂ ਹਰ ਸਾਲ ਸ਼ਿਮਲੇ ਜਾ ਕੇ ਬਰਫ਼ ਕੱਠੀ ਕਰਦਾ ਮੈਂ ਟਰਾਲਾ ਵੀ ਚਲਾ ਲੈਂਦਾ ਸਾਡੇ ਘਰ ਹੈਗਾ ਆਪਾਂ ਚਾਬੀ ਭਰ ਕੇ ਛੱਡ ਦਿੰਨੇ ਆ ਚੱਲਦਾ ਕੰਦ ਚ ਵੱਜ ਕੇ ਮਤਲਬ ਕੰਦੇ ਲਾਗੂ ਹੋ ਕੇ ਸੈਂਸਰ ਵਾਲਾ ਹੈਗਾ ਤੇ ਮੈਂ कनेडा बस और तूसी बिल्कुल नहीं भूलना हां डिस्क्रिप्शन कदे रब ना करे कदे शौहरत ना रही कोई प्लान बी हैगा और तो आई नहीं आज आई है आई तो है जनाब आई तो है आई तो चलो चलो ना रही फिर फिर प्लान बी कोई नहीं यार प्लान तो हम पर डिस्कस करके आते हैं कि प्लान है नहीं कुछ देखी ही जाओगे फिर 4 4 बजे तक लाएंगे गो विद द रोटी तक मैं लांगे एक चीज हैगी और अचार बहुत बिकेगा क्योंकि 1 लाख सब्सक्राइबर है गए ਉਹ ਤਾਂ ਆਨਲਾਈਨ ਵਿਕ ਜਾਣਾ ਤੇ ਆਨਲਾਈਨ ਵਿਕ ਜਾਣਾ ਕਰੋ ਲੈ ਜੂਗੇ ਲੋਕ ਇਹ ਲੋਕ ਜਿਹੜੇ ਪਿਆਰ ਕਰ ਰਹੇ ਨਾ ਇਹ ਇਹ ਬਣਿਆ ਰਹੇ ਬਸ ਬਣਿਆ ਰਹੇ ਬਸ ਸਪੋਰਟ ਕਰਦੇ ਰਹੇ ਲੋਕ ਜਿਸ ਤਰ੍ਹਾਂ ਤੁਸੀਂ ਲੋਕ ਕਰ ਰਹੇ ਹੋ ਨਹੀਂ ਤਾਂ ਤੁਹਾਨੂੰ ਕੀ ਲੋੜ ਪਈ ਮੇਰੇ ਨਾਲ ਬੈਕ ਇੰਟਰਵਿਊ ਕਰਨ ਦੀ ਕਿੰਨੇ ਆਰਟਿਸਟ ਨੇ ਕਿੰਨੀ ਦੁਨੀਆ ਹੈ ਨਹੀਂ ਮੈਨੂੰ ਪਰਸਨਲੀ ਬਹੁਤ ਆਪਾਂ ਥੋੜੇ ਪਾਰਸ਼ਲ ਹੋ ਜਾਂਦੇ ਆ ਪੰਜਾਬੀ ਇਸ ਗੱਲ ਨੂੰ ਲੈ ਕੇ ਨਾ ਆਪਾਂ ਪੰਜਾਬੀ ਨੂੰ ਪਾਗਲੇ ਮੁੰਡੇ ਨੂੰ ਦੇਖਦੇ ਆ ਗਰੋ ਕਰਦੇ ਹੋਏ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦ ਵੀ ਮੈਂ ਦੇਖਦੀ ਆ ਕਾਮੇਡੀਅਨਸ ਪਰਮਿੰਦਰ ਜੀ ਹੈ ਜਸਪ੍ਰਿਤ ਜੀ ਹੈ ਤੁਸੀਂ ਉਹ ਸੋ ਆਲਵੇਸ ਸ਼ੇਅਰ ਇਹ ਥੋੜਾ ਪਾਰਸ਼ਲ ਹੋ ਜਾਂਦੇ ਆ ਆਪਾਂ ਵੀ ਹੋਰ ਵੀ ਕੰਪਲਿਕਸ ਆ ਵਧੀਆ ਦੇਖੋ ਹਰ ਕਿਸੇ ਨੂੰ ਹਰ ਕਿਸੇ ਦੀ ਰਿਸਪੋਨਸੀਬਿਲਟੀ ਬਣਦੀ ਹੈ ਸੋਸਾਇਟੀ ਦੀ ਆਪਣੇ ਕਲਚਰ ਨੂੰ ਆਪਣੇ ਕਲਚਰ ਨੂੰ ਵੀ ਤੇ ਦੇਖੋ ਨਾ ਹਰ ਕੋਈ ਨਾ ਸਟਾਰ ਨੂੰ ਫੋਲੋ ਕਰਨਾ ਚਾਹੁੰਦਾ ਹਰ ਕੋਈ ਬੰਦਾ ਕਿਸੇ ਨੇ ਕਿਸੇ ਦੀ ਫੇਲੀਅਰ ਸਟੋਰੀ ਨਹੀਂ ਸੁਣਨੀ ਜੇਕਰ ਉਹ ਫੇਲੀਅਰ ਸਟੋਰੀ ਤੁਸੀਂ ਸੁਣੋ ਤੁਸੀਂ ਜਿਆਦਾ ਮੋਟੀਵੇਟ ਹੋਵੋਗੇ ਬਿਲਕੁਲ ਪੰਜਾਬੀ ਇੰਡਸਟਰੀ 'ਚ ਜਾਣ ਦਾ ਤੁਹਾਡਾ ਕੋਈ ਨਹੀਂ ਮੇਰਾ ਨਹੀਂ ਕੋਈ ਇਰਾਦਾ ਨਹੀਂ ਇਦਾਂ ਦਾ ਕੋਈ ਨਹੀਂ ਕੋਈ ਕੋਈ ਪਾਰਟਿਕੂਲਰ ਚੀਜ਼ ਹੋ ਤੁਸੀਂ ਕਹਿਣਾ ਵੀ ਨਹੀਂ ਮੈਂ 5 ਸਾਲ ਬਾਅਦ ਗੁਰਲੀਨਾਪ ਦੇ ਆਪ ਨੂੰ ਇੱਧਰ ਦੇਖਣਾ ਚਾਹੁੰਦਾ ਕੋਈ ਨਹੀਂ 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 ਪਸ਼ਤਾਨਾਂ ਦਾ ਕੁਝ ਨਹੀਂ ਹੈ ਬਸ ਕੈਨੇਡਾ ਜਾਣਾ ਹੈ ਕੈਨੇਡਾ ਬਰਫ਼ ਇਕੱਠੀ ਕਰਨੀ ਬਸ ਮੈਂ ਹੋਰ ਕੁਝ ਨਹੀਂ ਕਰਨਾ ਕੈਨੇਡਾ ਜਾਣਾ ਮੁੰਡੇ ਨੇ ਮੈਨੂੰ ਤੁਸੀਂ ਮੈਂ ਜੇ ਪੰਜਾਬੀ ਇੰਡਸਟਰੀ ਮੈਨੂੰ ਮੌਕਾ ਦਵੇ ਹਾਂ ਤੇ ਸ਼ੂਟ ਕੈਨੇਡਾ ਚ ਹੋਣਾ ਚਾਹੀਦਾ ਸ਼ੂਟ ਕੈਨੇਡਾ ਦੇ ਵਿੱਚ ਹੋਣਾ ਚਾਹੀਦਾ ਜੀ ਨਹੀਂ ਪੰਜਾਬੀ ਇੰਡਸਟਰੀ ਤੇ ਹਜੇ ਮੇਰਾ ਮਨ ਹੈ ਨਹੀਂ ਮਤਲਬ ਫਿਲਹਾਲ ਕੋਈ ਪਲਾਨ ਨਹੀਂ ਫਿਲਹਾਲ ਕੋਈ ਪਲਾਨ ਨਹੀਂ ਹਜੇ ਉਹਨਾਂ ਦਾ ਵੀ ਕੋਈ ਪਲਾਨ ਨਹੀਂ ਇਹ ਇੰਪੋਰਟੈਂਟ ਗੱਲ ਹੈ ਹਾਂ ਮੇਰਾ ਮੈਂ ਵੀ ਗਈ ਮੈਂ 5 ਸਾਲ ਬਾਅਦ ਮੈਨੂੰ ਤਾਂ ਡੇਟਸ ਹੀ ਨਹੀਂ ਹੈਗੇ ਆ ਉਹ ਤਾਂ ਕਾਫੀ ਬੁਲਾ ਰਹੇ ਨੇ ਪਰ ਬਿਲਕੁਲ ਓਨੈਸਟ ਹੈ ਜੀ ਹਜੇ ਮੈਨੂੰ ਕਿਸੇ ਨੇ ਅਪਰੋਚ ਨਹੀਂ ਕੀਤਾ ਉਹ ਦੇਖੋ ਟੀਵੀ ਤੇ ਜਾਣ ਲਈ ਜਾਂ ਫਿਲਮਾਂ ਜਾਣ ਲਈ ਮੇਨ ਇੰਪੋਰਟੈਂਟ ਚੀਜ਼ ਹੈ ਸ਼ਕਲ ਉਹ ਆਪਣੀ ਹਜੇ ਉਸ ਤਰ੍ਹਾਂ ਦੀ ਹੈ ਨਹੀਂ ਤੇ ਜਿਹੜੇ ਕਰ ਰਹੇ ਨੇ ਉਹਨਾਂ ਕੋਲ ਬਹੁਤ ਜ਼ਿਆਦਾ ਕੰਮ ਰਿਪਲੇਸਮੈਂਟ ਦੇ ਚਾਂਸਸ ਹੈ ਨਹੀਂ ਤੇ ਜਾਂ ਤੇ ਉਹਨਾਂ ਨੂੰ ਚਾਹੀਦਾ ਕਿ ਆਪਾਂ ਰਿਪਲੇਸ ਕਰੀਏ ਜਾ ਆਪਾਂ ਕਿਸੇ ਦੇ ਮੋਢੇ ਤੇ ਹੱਥ ਰੱਖ ਕੇ ਉਹਨੂੰ ਇੰਟਰੋਡਿਊਸ ਕਰੀਏ ਹੂੰ ਤੇ ਇਹ ਗੱਲਾਂ ਗਾਹ ਨਿਕਲ ਜਣੀਆਂ ਤੁਸੀਂ ਗੱਲ ਚੇਂਜ ਹੀ ਕਰ ਦੋ ਬੱਚੀ ਤੇ ਜਿਹੜਾ ਜੋ ਚੱਲ ਰਿਹਾ ਤੁਸੀਂ ਦੇਖ ਹੀ ਰਹੇ ਹੋ ਪੰਜਾਬੀ ਮੂਵੀਜ਼ ਦੇ ਵਿੱਚ ਕੇ ਇੱਕੋ ਹੀ ਤਰ੍ਹਾਂ ਦੇ ਲੋਕ ਇੱਕ ਹੀ ਤਰ੍ਹਾਂ ਦੇ ਕਾਮੇਡੀ ਲੋ ਲੋਕੀ ਵੇ ਉਸ ਚੀਜ਼ ਨੂੰ ਫਰ ਪਰ ਮੈਨੂੰ ਲੱਗਦਾ ਵੀ ਹੁਣ ਲੋਕਾਂ ਦੀ ਨਜ਼ਰ ਨਾ ਥੋੜੀ ਚੇਂਜ ਲੋਕਾਂ ਦੇ ਪਰਸੈਪਸ਼ਨ ਥੋੜੇ ਚੇਂਜ ਹੋ ਰਿਹਾ ਚੋਇਸ ਚੇਂਜ ਹੋ ਰਹੀ ਹੈ ਲੋਕਾਂ ਦੀ ਮੂਵੀ ਦੇਖਣਾ ਅੱਜ ਦੇ ਟਾਈਮ ਸੋਰੀ ਮੈਂ ਗੱਲ ਕੱਟ ਰਿਹਾ ਸਾਡੀ ਮੂਵੀ ਦੇਖਣਾ ਅੱਜ ਦੇ ਟਾਈਮ ਤੇ ਬਰਾਡ OK ਇੱਕ ਤਾਂ ਤੁਸੀਂ ਪੈਸਾ ਦੇ ਰਹੇ ਹੋ ਫਿਰ ਤੁਸੀਂ ਆਪਣੀ ਲਾਈਫ ਦੇ 3 ਘੰਟੇ ਦੇ ਰਹੇ ਹੋ ਤੇ ਸੋਚੋ ਕਿ ਲੋਕਾਂ ਦੇ ਅੰਦਰ ਕਿੰਨੀ ਪਰਫੈਕਸ਼ਨ ਹੈ ਕਿ ਜੇਕਰ ਮੈਂ ਆਪਣੀ ਜ਼ਿੰਦਗੀ ਦੇ 24 ਘੰਟਿਆਂ ਦੇ ਵਿੱਚੋਂ 3 ਘੰਟੇ ਪੈਸੇ ਦੇ ਕੇ ਸਪੈਂਡ ਕਰਨੇ ਆ ਤੇ ਮੈਨੂੰ ਪਰਫੈਕਸ਼ਨ ਚਾਹੀਦੀ ਹੈ ਕਿਤੇ ਨਾ ਕਿਤੇ ਐਸੇ ਪਰਫੈਕਸ਼ਨ ਦੇ ਚੱਕਰ ਦੇ ਵਿੱਚ ਉਹ ਉਹੀ ਚੀਜ਼ ਨੂੰ ਕੰਟੀਨਿਊ ਕਰ ਰਹੇ ਨੇ ਬਟ ਲੋਕਾਂ ਨੂੰ ਵੀ ਚਾਹੀਦਾ ਥੋੜਾ ਜਿਹਾ ਪ੍ਰਿਸਲੈਂਡ ਨੂੰ ਤਿਆਰ ਨਹੀਂ ਆ ਬਣਾਉਣ ਵਾਲੇ ਤਿਆਰ ਨਹੀਂ ਆ ਦੇਖਣ ਵਾਲੇ ਕਿੱਥੋਂ ਤਿਆਰ ਹੋਣਗੇ ਬਣਾਉਣ ਵਾਲਿਆਂ ਨੂੰ ਵੀ ਚਾਹੀਦਾ ਉਹਨਾਂ ਨੂੰ ਚਾਹੀਦਾ ਵੀ ਫੇਮਸ ਹੋਣਾ ਫੇਮਸ ਆਪਾਂ ਹੋਏ ਨਹੀਂ ਐ ਤੇ ਬਹੁਤ ਮੋਡਸਟ ਆ ਜਿੱਦੇ ਕਿੰਨੇ ਸਬਸਕ੍ਰਾਈਬਰਸ ਨੇ ਜੀ ਤੁਹਾਡੇ ਮੇਰੇ 1 ਲੱਖ 3000 ਸਬਸਕ੍ਰਾਈਬਰਸ ਬਹੁਤ ਨਹੀਂ ਚਾਹੀਦਾ ਜੀ ਮੁੰਡੇ ਨੂੰ ਹਾਂ ਤੇ ਥੋੜੇ ਦਿਨ ਪਹਿਲੇ ਮੈਨੂੰ ਸਿਲਵਰ ਬਟਨ ਭੇਜਿਆ ਹੈ YouTube ਉੱਪਰ YouTube ਤਾਂ ਅਭੀ ਮੈਂ ਦੇਖਿਆ ਸੀ ਆਪ ਆਏ ਸੀ ਕਾਰ ਟ੍ਰਾਲੀ ਪਰ ਕੇ ਪੂਰੀ ਤੇ ਅਸੀਂ ਲੱਗ ਪਰ ਹੱਲੇ ਆਪਾਂ ਫੇਮਸ ਨਹੀਂ ਆ ਤੁਸੀਂ ਸੱਚ ਮੰਨਿਓ ਮੈਂ ਖੋਲ ਕੇ ਪੈਕ ਕਰਕੇ ਰੱਖਦਾ ਕਿਉਂਕਿ ਅਗਰ ਸਿਲਵਰ ਬਟਨ ਤੁਹਾਨੂੰ ਮਿਲਿਆ ਹੈ ਨਾ ਹਾਂ ਤੇ ਤੁਹਾਡੀ ਕੰਦ ਤਸੀਲ ਨਹੀਂ ਹੋਣੀ ਚਾਹੀਦੀ ਫਰਾਉਡ ਦਾ ਆ ਕ੍ਰਾਈਟੇਰੀਆ ਨਹੀਂ ਸੀ ਨਾ ਉਹਨਾਂ ਦਾ ਦੇਣ ਦਾ ਅਗਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹਦੀ ਕੰਧ ਦੇ ਉੱਤੇ ਆਈ ਕਾਰ ਕਰਕੇ ਕੇਲ ਠੋਕ ਠੋਕ ਕੇ ਸਾਰੀ ਕਲੀ ਖਰਾਬ ਕੀਤੀ ਤੇ ਇਹਨੂੰ ਉਹ ਬਟਨ ਦੇ ਰਹੇ ਨਹੀਂ ਹਲੇ ਸਿਲਵਰ 골ਡਨ ਡਾਇਮੰਡ ਮੈਂ YouTube ਵਾਲਿਆਂ ਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਤੁਸੀਂ ਜਦੋਂ ਭੇਜਦੇ ਹੋ ਨਾ ਸਿਲਵਰ ਬਟਨ ਤੇ ਨਾਲ ਇੱਕ ਪੇਂਟ ਦਾ ਡੱਬਾ ਭੇਜਿਆ ਕਰੋ ਤਾਂ ਕਿ ਅਸੀਂ ਕੰਧ ਤੇ ਡਿਜ਼ਾਈਨ ਕਰੀਏ ਪਹਿਲੇ ਕਿ ਇੱਥੇ ਆਪਾਂ ਬਟਨ ਲਾਣਾ ਨਹੀਂ ਸੁਖੰਡਾ ਬਟ ਇਟ ਇਹ ਮੇਰਾ ਬਟਨ ਨਹੀਂ ਹੈ ਜੀ ਤੁਹਾਡੇ ਸਾਰਿਆਂ ਦਾ ਬਟਨ ਨਹੀਂ ਸੁਖੰਡਾ ਹੋਇਆ ਹਲੇ ਤਾਂ ਬਥੇਰੇ ਬਟਨਸ ਇਕੱਠੇ ਹੋਣੇ ਆ ਜੀ ਹੂੰ ਪ੍ਰੋਫੈਸ਼ਨਲ ਲਾਈਫ ਤੋਂ हट ਕੇ ਆਪਾਂ ਥੋੜਾ ਪਰਸਨਲ ਲਾਈਫ ਤੇ ਹੁੰਦੇ ਆ। ਅੱਛਾ ਇਹ ਤਾਂ ਆਪਣਾ ਅੱਛਾ ਇਹ ਆਪਾਂ ਪ੍ਰੋਫੈਸ਼ਨਲ ਗੱਲ ਕਰ ਰਹੇ ਸੀ। ਇਹ ਪ੍ਰੋਫੈਸ਼ਨਲ ਚੱਲ ਰਹੀ ਸੀ। ਥੋੜਾ ਪਰਸਨਲ ਤੇ ਫਿਰ ਤੁਸੀਂ ਮੈਨੂੰ ਜਰਾਬਾਂ ਪੁੱਛਣ ਲੱਪੋਗੇ ਕਿਹੜੀਆਂ ਪਾਗੀਆਂ। ਨਹੀਂ ਆ ਵਲਨ ਵੀ ਇਹਦੇ ਵਿੱਚ ਇੰਟਰਸਟ ਮੀ ਇੰਟਰਸਟ ਵਾਲਾ ਪੁੱਛਦੀਆਂ ਜੀ। ਇਹ ਤਾਂ ਸਾਡਾ ਯੂਨੀਵਰਸਲ ਟਰੂਥ ਹੈ ਨਾ ਵੀ ਕੁੜੀਆਂ ਜਿਹੜਾ ਹਿਊਮਰਸ ਮੁੰਡਾ ਹੁੰਦਾ ਉਹਦੇ ਤੋਂ ਬੜੀ ਅਟ੍ਰੈਕਟ ਹੁੰਦੀਆਂ ਨੇ। ਉਹ ਸਵਾਦ ਠੀਕ ਹੈ। ਉਹ ਹੁੰਦੀ ਆ ਜੀ ਤਾਂ ਸਕੂਲ ਤੇ ਕਾਲਜ 'ਚ ਤੁਸੀਂ ਦੱਸੋ ਵੀ ਕਿੱਦਾਂ ਦਾ ਰਿਹਾ ਗਰਲਫ੍ਰੈਂਡਸ ਵਗ ਮੇਰੀ ਜਿਹੜੀ ਵੋਟੀ ਹੈ ਨਾ ਹੂੰ ਉਹੀ ਮੇਰੀ ਲਵ ਲਾਈਫ ਹੈ ਲਵ ਮੈਰਿਜ ਲਵ ਮੈਰਿਜ ਲਵ ਲਵ ਨਹੀਂ ਆਪਾਂ ਅੱਛੇ ਦੋਸਤ ਸੀਗੇ ਇਟਸ ਨਾਟ ਕਿ ਲਵ ਮੈਰਿਜ ਆਪਾਂ ਡੇਟ ਕਰ ਰਹੇ ਹਾਂ ਉਹ ਇਵੈਂਚੁਅਲੀ ਲਵ ਹੀ ਹੋਇਆ ਆਪ ਆ ਕਹਿ ਕਹਿ ਸਕਦੇ ਹੋ ਮਤਲਬ ਕਿ ਘਰੇ ਗੱਲ ਕਰ ਲਈਏ ਵਿਆਹ ਕਰ ਲਈਏ ਕਿ ਨਹੀਂ ਆ ਮੈਂ ਟਰਾਈ ਕਰ ਲੈਣੀ ਉਹਨੇ ਕਰੇ ਟਰਾਈ ਕੀਤਾ ਉਹ ਕੋਦੇ ਠੀਕ ਹੈ ਜੀ ਲੈ ਉਹ ਮੇਰੀ ਵੋਟੀ ਕਹਿੰਦੀ ਨਾ ਸਿਰ ਪਾਟੇ ਨਾ ਲੜਾਈਆਂ ਹੋਈਆਂ ਨਾ ਤਾਂ ਮੈਨੂੰ ਲੈ ਕੇ ਦੌੜਿਆ ਨਹੀਂ ਆਪਾਂ ਨਹੀਂ ਮੰਨਦੇ ਇਹਨੂੰ ਲਵ ਮੈਰਿਜ ਹਾਂ ਇਹ ਨਹੀਂ ਇਦਾਂ ਨਹੀਂ ਸਮੂਥਲੀ ਹੋ ਗਿਆ ਸਾਰਾ ਕੁਝ ਸਮੂਥਲੀ ਬੜੇ ਆਰਾਮ ਨਾਲ ਹੋ ਗਿਆ ਤੇ ਵਧੀਆ ਚੱਲ ਰਿਹਾ ਹੈ ਲਾਈਫ ਪਾਰਟਨਰ ਵਧੀਆ ਹੋਵੇ ਤੇ ਸਪੋਰਟ ਕਰਦੇ ਜਿਵੇਂ ਤੁਹਾਨੂੰ ਦੱਸਿਆ ਵੀ ਬਹੁਤ ਟਾਈਮ ਤੇ ਵੀ ਬਹੁਤ ਸਪੋਰਟ ਕਰਦੇ ਫੀਮੇਲ ਫੈਨ ਫਾਲੋਇੰਗ ਬਥੇਰੀ ਹੋਣੀ ਹੈ ਡੀਐਮਸ ਵਗੈਰਾ ਰੋਜ਼ ਤੁਹਾਨੂੰ oh ਨਹੀਂ ਫੋਨ ਦਿਖਾਈ ਫੋਨ ਦੇਖ ਲਓ ਯਾਰ ਮੈਂ ਇੱਕ ਚੀਜ਼ ਅਸਾਂ ਮੈਂ ਸੱਚੀ ਦੱਸ ਰਿਹਾ ਮੈਨੂੰ ਅger ਡੀਐਮ ਵੀ ਆਂਦਾ ਨਾ ਤੇ ਪਾਜੀ ਲਿਖਿਆ ਹੁੰਦਾ ਪਾਜੀ ਵਾਈਬੋਦਾਂ ਦੀ ਹੈ ਵਾਈਬੋਦਾਂ ਦੀ ਹੈ ਪਾਜੀ ਵਾਲੀ ਵਾਈਬ ਹੈ ਤੇ आंदे मैसेज मतलब वो उस तरह नहीं तूसी अच्छा कर रहे हो एप्रिसिएशन मोटिवेशन ही फीमेल फैन फॉलोइंग हैगी है उंदा है हैगी 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 मेरी आंदे ਨੇ ਲੋਕੀ ਇਹ ਦੇਖਣ ਬਟ ਉਹ ਵਾਲਾ ਨਹੀਂ ਹੈ ਕਿ ਜਾਂ ਤੇ ਫਿਰ ਮੈਂ ਸੋਨਾ ਨਹੀਂ ਹੈ ਦਿਖਾਇਆ ਨਹੀਂ ਨਾ ਤੁਸੀਂ ਹਲੇ ਹੁਸਨ ਦਾ ਜਲਵਾ ਆਪਣਾ ਹੁਸਨ ਦਾ ਜਲਵਾ ਮੈਂ ਬਲੀਚ ਕਰਾ ਕੇ ਆਇਆ ਹਾਂ ਸਟੇਜ ਤੇ ਨਹੀਂ ਨਹੀਂ ਉਹਨਾਂ ਨੂੰ ਪਤਾ ਯਾਰ ਇੱਕ ਉਮਰ ਹੁੰਦੀ ਹੈ ਨਾ ਉਹਨੂੰ ਉਮਰ ਵੀ ਦਾੜੀ ਚਿੱਟੀ ਹੋਣ ਦੀ ਉਹਨ ਕਿੰਨੇ ਮੈਸੇਜ ਕਰਨਾ ਮੈਨੂੰ ਅੱਜ ਕੱਲ ਦੇ ਜਵਾਕ ਹਨ ਯਾਰ ਉਹ ਮੈਸੇਜ ਕਰਕੇ ਬੜਾ ਤੰਗ ਕਰਦੇ ਜਿੱਦਾਂ ਕਿ ਤੁਸੀਂ ਉਹਨਾਂ ਨੇ ਹੈਲੋ ਭਾਈ ਤੁਸੀਂ ਹੈਲੋ 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 ਬਲੇ ਆਈ ਹਾਂ ਹਲ 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 ਉਹ ਜਿੱਦਾਂ ਤੁਹਾਨੂੰ ਆਂਦੇ ਹੁੰਦੇ ਹੋ ਤੁਹਾਡੇ ਡੀਐਮ ਦੇ ਵਿੱਚ ਕਿ ਕੁੜੀ ਰਿਪਲਾਈ ਕਰਦੇ ਫਿਰ ਆਪਾਂ ਉਹਨਾਂ ਨੂੰ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਹੜੇ ਜਵਾਕ ਜਿਹੜੇ ਦੇਖ ਰਹੇ ਨੇ ਇਸ ਇੰਟਰਵਿਊ ਨੂੰ ਤੁਸੀਂ ਕਾਮਿਕ ਬੰਨਣਾ ਚਾਹੁੰਦੇ ਹੋ ਤੁਸੀਂ ਕੁਝ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੋ ਪਰਸਨਲ ਓਪੀਨੀਅਨ ਨਾ ਮੰਗੋ ਕਿ ਮੈਂ ਕਿਸੇ ਨੂੰ ਡੀਐਮ ਕਰਕੇ ਉਹਨੂੰ ਪੁੱਛਾਂ ਕਿ ਪਾਜੀ ਮੈਂ ਕੀ ਕਰਾਂ ਪਾਜੀ ਮੈਂ ਵੀਡੀਓ ਕੱਟਣੀ ਮੈਂ ਕੀ ਕਰਾਂ ਪਾਜੀ ਮੈਂ ਲਿਖਣਾ ਚਾਹੁੰਨਾ ਮੈਂ ਨਹੀਂ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰ ਦਿਓ ਪ੍ਰੋਬਲਮ ਇੱਥੇ ਖਤਮ ਨਹੀਂ ਹੁੰਦੀ ਪ੍ਰੋਬਲਮ ਇੱਥੇ ਖਤਮ ਹੁੰਦੀ ਜਦੋਂ ਤੁਸੀਂ ਬਿਜ਼ੀ ਹੋ ਅਗਲਾ ਬੰਦਾ ਮੈਸੇਜ ਕਰ ਹੀ ਜਾ ਰਿਹਾ ਕਰ ਹੀ ਜਾ ਰਿਹਾ ਉਹਨਾਂ ਮੈਸੇਜ ਦੇ ਵਿੱਚ ਕਨਵਰਜਨ ਦਿਖ ਰਹੀ ਹੈ हेलो 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 पाजी हेलो पाजी प्लीज रिप्लाई सर बिग फैन ये वो, करते -करते न, वो कर दे, दे अंदर, अंदर, कर दे ना वो ਥੱਲੇ ਗਾਲਾਂ ਕਢ ਲਾ ਪੈਂਦੇ ਯਾਰ हां ਪੇਸ਼ੈਂਸ ਨਹੀਂ ਹੈ ਅੱਜ ਕੱਲ੍ਹ ਤੇ ਤੂੰ ਇੰਨਾ ਵੱਡਾ ਸਟਾਰ ਹੋ ਗਿਆ ਤੂੰ ਮੇਰਾ मतलब ਇੱਕ ਘੰਟੇ ਦੇ ਅੰਦਰ ਅੰਦਰ ਹੂੰ ਅਨਫੋਲੋ ਵੀ ਕਰ ਜਾਂਦੇ ਗਾਲਾਂ ਗੁੱਲਾਂ ਵੀ ਕੱਢ ਕੇ ਤੇ ਥੋੜਾ ਜਿਹਾ ਪੇਸ਼ੈਂਸ ਰੱਖੋ ਹਰ ਕਿਸੇ ਕੋ ਟਾਈਮ ਨਹੀਂ ਹੁੰਦਾ ਇਸ ਲਈ ਨਾਲੇ ਮੈਂ ਮੈਂ ਕੀ ਇਹ ਤੇ ਮੈਂ ਆਪਣੀ ਗੱਲ ਦੱਸ ਰਿਹਾ ਜਿਹੜੇ ਮੇਰੇ ਤੇ ਹਜੇ ਕੁਝ ਫੋਲੋਅਰ ਵੀ ਨਹੀਂ ਨੇ ਜਿਨ੍ਹਾਂ ਦੇ ਲੱਖਾਂ ਚ ਫੋਲੋਅਰ ਉਹਨਾਂ ਨੂੰ ਕਿੰਨੇ ਮੈਸੇਜ ਆਂਦੇ ਹੋਣਗੇ ਉਹ ਹਰ ਕਿਸੇ ਮੈਸੇਜ ਦਾ ਰਿਪਲਾਈ ਨਹੀਂ ਉਸ ਤਰੀਕੇ ਨਾਲ ਦੇ ਸਕਦੇ ਜੇ ਕਾਰ ਵੀ ਰੇ ਨੇ ਤਾਂ ਤੁਹਾਨੂੰ ਪ੍ਰੋਪਰ ਗਾਈਡ ਥੋੜੀ ਕਰ ਸਕਦੇ ਹਾਂ ਕਿ ਤੁਸੀਂ ਇਦਾਂ ਕਰ ਲੈ ਇਦਾਂ ਕਰ ਲੈ ਬਸ ਤੁਸੀਂ ਐਕਸਪੈਕਟ ਕਰਨਾ ਥੋੜਾ ਜਿਆ ਛੱਡ ਦਿਓ ਤੁਸੀਂ ਜੋ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਬੰਨਣਾ ਚਾਹੁੰਦੇ ਹੋ ਟਰਾਈ ਤਾਂ ਕਰੋ ਕੋਈ ਫੋਰਨ ਟ੍ਰਿਪ ਲੱਗਿਆ ਇਹਨਾਂ ਦਿਨਾਂ 'ਚ ਆਪਣਾ ਇਸ ਤੋਂ ਬਾਅਦ ਸ਼ਹਰਤ ਤੋਂ ਬਾਅਦ ਹਾਂ ਮੈਂ ਆਸਟ੍ਰੇਲੀਆ ਗਿਆ ਦੁਬਈ ਗਿਆ ਬਹਿਰਨ ਗਿਆ ਤੇ ਫਿਰ ਕਰੋਨਾ ਦੀ ਜੋ ਮਾਰ ਸਾਨੂੰ ਸਾਰਿਆਂ ਨੂੰ ਪਈ ਮੇਰਾ ਯੂਕੇ ਕੈਨਸਲ ਹੋਇਆ ਮੈਨੂੰ ਬੜਾ ਦੁੱਖ ਲੱਗਾ ਕੁਝ ਕੈਨੇਡਾ ਕਾਫੀ ਸ਼ੋਸ ਕੈਨਸਲ ਹੋਏ ਗਫਨਾ ਕੈਨੇਡਾ ਮੈਂ ਬਰਫ ਇਕੱਠੀ ਕਰਨੀ ਹੈ ਬਸ ਉਹਨੂੰ ਕਰੋਨਾ ਹਟ ਗਿਆ ਤੇ ਬਰਫ ਇਕੱਠੀ ਮੈਨੂੰ ਲੱਗਦਾ ਹੈ ਕੈਨੇਡਾ ਦਾ ਚੱਕਰ ਲੱਗਣ ਵਾਲਾ ਪਤਾ ਨਹੀਂ ਕੋਈ ਲੈ ਜਾਵੇ ਤੇ ਲੈ ਜਾਵੇ ਯਾਰ ਮੈਂ ਚੱਕਰ ਤੇ ਜਲੰਧਰ ਨਹੀਂ ਮੈਨੂੰ ਖੜੰਡੇ ਆਜਕਲ ਕੋਈ ਤੇ ਕੈਨੇਡਾ ਪਹਿਲਾਂ ਫੋਰਨ ਟ੍ਰਿਪ ਬਾਰੇ ਦੱਸੋ ਅੱਛਾ ਕੁਝ ਇੱਕ ਪਲਾ ਪਲਾ ਫੋਰਨ ਟ੍ਰਿਪ ਸੀ ਮੇਰਾ ਬਿਹਰੈਨ ਮੈਂ ਗਿਆ ਸੀ ਅਮਿਤ ਟੈਂਡਨ ਸਰ ਦੇ ਨਾਲ ਅਮਿਤ ਟੈਂਡਨ ਸਰ ਦਾ ਸ਼ੋਅ ਸੀ ਮੈਂ ਹੋਸਟ ਕਰਨਾ ਸੀ ਉਦੋਂ ਮੈਂ ਗਿਆ ਸੀ ਤੇ ਉਹਦੀ ਵੀ ਬੜੀ ਪਿਆਰੀ ਸਟੋਰੀ ਹੈ ਸਟੈਂਡ ਅਪ ਦੇ ਵਿੱਚ ਆ ਜਾਏਗੀ ਪਰ ਮੈਂ ਤੁਹਾਨੂੰ ਸੁਣਾ ਦਿੰਦਾ ਮੈਂ ਪ੍ਰੋਮੋਟਰ ਨੂੰ ਫੋਨ ਕੀਤਾ ਕਿ ਯਾਰ ਵੀਜ਼ਾ ਕਿੰਨੇ ਚਿਰ ਦਾ ਹੈ ਕਹਿੰਦਾ 2 ਦਿਨ ਦਾ ਮਤਲਬ ਫਰਸਟ ਡੇ ਜਾਣਾ ਸੀ ਸਟੇ ਕਰਨਾ ਸੀ ਨੈਕਸਟ ਡੇ ਸ਼ੋਅ ਕਰਨਾ ਸੀ ਉਸ ਤੋਂ ਅਗਲੇ ਦਿਨ ਵਾਪਸੀ ਵਾਪਸੀ ਸੀ ਮੈਂ ਕਿਹਾ ਯਾਰ ਥੋੜਾ ਜਿਆਦਾ ਇੱਕ ਕਦੇ ਦਿਨ ਦਾ ਤੇ ਵਧਾ ਦੇ ਮੈਂ ਮਤਲਬ ਘੁੰਮ ਤੇ ਲਾਉਣਾ ਹੈ ਇਨੀ ਦੂਰੇ ਬੰਦੇ ਨੇ ਘੁੰਮਣਾ ਵੀ ਹੈ ਕੋ ਕਿ ਮ ਕਰਨਾ ਨਾ ਮਾਲ ਚ ਜਾ ਕੇ ਕੈਲਕੂਲੇਟਰ ਕਰਨਾ ਕਿ ਇਹ ਚੀਜ਼ ਇੱਥੇ ਕਿੰਨੇ ਦੀ ਤੇ ਇੰਡੀਆ ਚ ਕਿੰਨੇ ਦੀ ਪੈ ਰਹੀ ਹੈ ਜਿਸ ਤਰ੍ਹਾਂ ਆਪਾਂ ਸਾਰੇ ਕਰਦੇ ਆਂ ਕਹਿੰਦਾ ਨਹੀਂ ਭਾਈ ਨਹੀਂ ਪਾਏਗਾ ਕਿਉਂਕਿ ਖਰਚਾ ਬਹੁਤ ਜ਼ਿਆਦਾ ਹੈ ਔਰ ਸਪான்ਸਰ ਦੇ ਹਿਸਾਬ ਸੇ ਹੋਟਲ ਵੀ ਨਹੀਂ ਮਿਲੇਗਾ ਆਪਕਾ ਹੋਟਲ ਸ਼ਿਫਟ ਕਰਨਾ ਹੈ ਔਰ ਵੀਜ਼ਾ ਵੀ ਆਪਕਾ ਹੋ ਚੁੱਕਾ ਹੈ ਮਗਰ ਚਲ ਠੀਕ ਹੈ ਯਾਰ ਜਿੱਦਾਂ ਕੋ ਰਾਮਦਾਸ ਨੂੰ ਮਨਜ਼ੂਰ ਨਾ ਤੇ ਸ਼ੋਅ ਬਹੁਤ ਵਧੀਆ ਹੋਇਆ ਸ਼ੋਅ ਖਤਮ ਹੋਇਆ ਅਗਲੇ ਦਿਨ ਮੇਰੀ ਫਲਾਈਟ ਸੀ 7 ਵਜੇ ਦੀ ਉਹ ਡਿਲੇ ਹੋਗੀ ਕਹਿੰਦੇ ਵੀ 9 ਵਜੇ ਚੱਲੇਗੀ ਹੋਰ ਡਿਲੇ ਹੋ ਗਈ ਕਹਿੰਦੇ 12 ਵਜੇ ਚੱਲੇਗੀ ਆਪਾਂ ਜਾਚ ਬੈਠ ਗਏ ਆ 1 ਵਜ ਗਿਆ ਰਾਤ ਦਾ 1:30 ਵਜ ਗਿਆ ਫਲਾਈਟ ਚੱਲ ਹੀ ਨਹੀਂ ਰਹੀ ਕਹਿੰਦੇ ਫਲਾਈਟ ਹੋ ਗਈ ਹੈ ਖਰਾਬ ਤੇ ਹੋਟਲ ਚੱਲੋ ਹੋਟਲ 에ਅਰ ਇੰਡੀਆ ਵੱਲੋਂ ਸੀ ਤੇ 5 ਦਿਨ ਫਲਾਈਟ ਖਰਾਬ ਰਹੀ ਉਹਨਾਂ ਦੇ ਆਪਾਂ ਨੂੰ ਮਜ਼ਾ ਆ ਗਿਆ ਆਪਣੀ ਮौज ਤੁਸੀਂ ਸੱਚ ਮੰਨੇ ਹੋ 2 ਦਿਨ ਦਾ ਮੇਰਾ ਟੂਰ ਹੀ ਮੈਂ 7 ਦਿਨ ਲਾ ਕੇ ਆਇਆ ਉੱਥੇ ਤੇ ਉਹ ਵੀ 에ਅਰ ਇੰਡੀਆ ਦੇ ਪੈਸੇ ਤੋਂ ਉਹਨਾਂ ਨੇ ਹੋਟਲ ਦੇ ਦਿੱਤਾ بس فون ਹੀ ਆਦਾ ਸਰ ਬ੍ਰੇਕਫਾਸਟ ਰੈਡੀ ਆ ਜਾ ਥੱਲੇ ਬੁਫੇ ਲੱਗ ਗਿਆ ਜੀ بس ਤੇ ਮੈਂ ਉਹੀ ਕਹਿ ਰਹੀ ਨਾ ਤੁਸੀਂ ਪਲਾਨ ਨਾ ਕਰੋ ਉਹਦੇ ਕੋਲ ਵਧੀਆ ਪਲਾਨ ਹੈਗਾ ਹੈ। ਬੇਸ਼ੱਕ ਜੀ ਭਾਵੇਂ ਪੰਜਾਬੀ ਇੰਡਸਟਰੀ ਹੋਵੇ ਜੀ ਭਾਵੇਂ ਹਾਲੀਵੁੱਡ ਹੋਵੇ ਭਾਵੇਂ ਹਾਲੀਵੁੱਡ ਹੋਵੇ ਵੀ ਰੀਅਲੀ ਵਾਂਟ ਕੀ ਤੁਸੀਂ ਐਕਸਲ ਕਰੋ। ਦੇਖੋ ਜੀ ਤੇ ਆਪਣੇ ਵੱਲੋਂ ਕੋਈ ਮੈਸੇਜ ਟੀਵੀ ਐਨਆਰਆਈ ਵਾਲਿਆਂ ਨੂੰ ਜ਼ਰੂਰੀ ਨਹੀਂ ਕੁਝ ਫਾਰਮਲ ਅਪਾ ਕੋਈ ਵੀ ਮੈਸੇਜ ਅਪਾ ਟੀਵੀ ਐਨਆਰਆਈ ਦਾ ਟੀਵੀ ਐਨਆਰਆਈ ਕੈਨੇਡੀਅਨ মিডিਆ ਮੈਸੇਜ ਕੁਛ ਨਹੀਂ ਹੈ ਜੀ ਤੁਸੀਂ ਮੈਨੂੰ ਬੁਲਾਓ ਚੁੜਕਲੇ ਮੈਂ ਬਹੁਤ ਕਹਾਣੀਆਂ ਸੁਣਾਉਂਗਾ ਤੁਹਾਨੂੰ ਬੰਦਾ ਮੈਂ ਘੈਂਟ ਆ ਮੈਸੇਜ ਕੁਛ ਨਹੀਂ ਹੈ ਜੀ ਜਿਹੜੇ ਲੋਕ ਸੁਣ ਰਹੇ ਨੇ ਜਿਹੜੇ ਦੇਖ ਰਹੇ ਨੇ ਉਹ ਬਹੁਤ ਜ਼ਿਆਦਾ ਐਡਵਾਂਸ ਨੇ ਇਹਨਾਂ ਨੂੰ ਮੈਸੇਜ ਦੇਣਾ ਆਪਾਂ ਇਹਨਾਂ ਕੋਲੋਂ ਵੀ ਆਪਾਂ ਸਿੱਖ ਰਹੇ ਆਂ ਬਾਕੀ ਜਿਹੜੇ ਪੰਜਾਬੀ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਨੇ ਬਹੁਤ ਨਾਮ ਰੋਸ਼ਨ ਕੀਤਾ ਕਰ ਰਹੇ ਹੋ ਤੇ ਬਸ ਬੁਲਾ ਲਓ ਮੈਨੂੰ ਬਹੁਤ ਹੋ ਗਿਆ ਬਹੁਤ ਹੋ ਗਿਆ ਮੁੰਡਾ ਮੈਂ ਘੈਂਟ ਆ ਬਸ ਬੁਲਾ ਲਓ ਇੱਕ ਬੋਲੀ ਯਾਰ ਸੋਣੀ ਜੀ ਮੈਨੂੰ ਆਉਂਦੀ ਨਹੀਂ ਬਾਰੀਵਰਸੀ ਘਟਣ ਗਿਆ ਸੀ ਕੱਟ ਕੇ ਲਿਆਂਦੀ ਕੋਲੀ ਮਿਲਣ ਦੀ ਬੋਲੀ ਮੈਨੂੰ ਨਹੀਂ ਆਉਂਦੀ ਬੋਲੀ ਉੱਚਾ ਲੰਬਾ ਸੋਹਣਾ ਗਬਰੂ ਉੱਚਾ ਲੰਬਾ ਸੋਹਣਾ ਗੁਬਰੂ ਬਾਲ ਤੇ ਨਾ ਕੋਈ ਵਿੰਗ ਪੰਗੜਾਤਾ ਸੱਚ ਦਾ ਜੇ ਨੱਚੇ ਕਾਮਿਕ ਸਿੰਘ ਡਿੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡੰਡ